ਸ਼ਾਮਾਂਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਾਮਾਂਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਤੁਸੀਂ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਦਿਨ ਹੈ ਜੀ ਅੱਜ ਸੋਮਵਾਰ ਤਰੀਕ ਹੈ 14 ਦਸੰਬਰ ਸ਼ਾਮ ਦੇ 6:30 ਮਿੰਟ ਹੋਏ ਨੇ ਮੈਂ ਸੌਰਨ ਸਿੰਘ ਦਾ ਨਾਮ ਲਿਆ ਤੁਹਾਡੇ ਨਾਲ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਮਿੰਟਾਂ ਤੇ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਾ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਤੇ ਲੋਜ ਜਸਵੀਰ ਸਿੰਘ ਪੱਟੀ ਸ਼ੇਵਿੰਦਰ ਸਿੰਘ ਡਾਕਟਰ ਸਿੰਦਰ ਕੌਰ ਤੇ ਸਾਡੇ ਪੰਜਾਬ ਪਰ ਤੋਂ ਪੱਤਰਕਾਰ ਸਹਿਮਾਨ ਜੁੜਦੇ ਨੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਬਨਮਨ ਸਿੰਘ ਢਾਲੀਵਾਲ ਜੀ ਐਂਡ ਐਚ ਐਕਸਪ੍ਰੈਸ ਸੈਟਲ ਆ ਲੈਣੇ ਇਹਨਾਂ ਨੂੰ ਆਨਰ ਆਪਰੇਟਰ ਤੇ ਡਰਾਈਵਰਾਂ ਦੀ ਲੋੜ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਹੋ 206 5500088 ਤੇ ਇਹ ਤੁਹਾਨੂੰ ਲੋਕਲ ਕੰਮ ਦਿੰਦੇ ਨੇ ਸੈਟਲ ਦੇ ਏਰੀਏ ਦੇ ਵਿੱਚ ਹੀ ਤੁਸੀਂ ਸਵੇਰ ਜਾ ਕੇ ਸ਼ਾਮ ਨੂੰ ਘਰੇ ਆ ਸਕਦੇ ਹੋ ਸ਼ਾਮ ਨੂੰ ਜਾ ਕੇ ਸਵੇਰ ਘਰੇ ਆ ਸਕਦੇ ਹੋ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਅਲੇ ਗੁਰਵਿੰਦਰ ਸਿੰਘ ਢਾਲੀਵਾਲ ਤੇ ਜਗਦੇਵ ਸਿੰਘ ਸੰਧੂ ਹੋਰਾਂ ਨੂੰ ਓਨਰ ਆਪਰੇਟਰ ਤੇ ਡਰਾਈਵਰ ਚਾਹੀਦੇ ਨੇ ਸੈਟਲ ਏਰੀਏ ਦੇ ਵਿੱਚ ਕੰਮ ਦਿੰਦੇ ਨੇ ਡਿਸਪੈਚ ਪੰਜਾਬੀ ਚ ਕਰਕੇ ਦਿੰਦੇ ਆ ਜੀ ਤੁਹਾਨੂੰ 206 754 4060 ਤੇ ਸੰਪਰਕ ਕਰ ਸਕਦੇ ਹੋ 206 354 4060 ਤੇ ਤੇ ਜਗਦੇਵ ਸਿੰਘ ਸੰਧੂ ਹਰਾਂ ਦਾ ਨੰਬਰ ਹੈ 253 266 6924 ਤੇ ਕਾਲ ਕਰ ਸਕਦੇ ਹੋ ਤੇ ਟੱਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟੱਲੋ ਸਾਹਿਬ ਕੱਲ ਜੇਕਰ ਆਪਾਂ ਗੱਲ ਕਰੀਏ ਤਾਂ ਦਿਨ ਚੜ੍ਹਦੇ ਨਾਲ ਹੀ ਪੰਜਾਬ ਦੇ ਵਿੱਚ ਇੱਕ ਤਮਾਕਾ ਹੋਇਆ ਇੰਟਰਨੈਸ਼ਨਲ মিডিਆ ਤੱਕ ਵੀ ਕਵਰੇਜ ਹੋਈ ਲਖਵਿੰਦਰ ਸਿੰਘ ਜਾਖੜ ਜਿਹੜੇ ਡੀਆਈਜੀ ਜੇਲਾ ਨੇ ਤੁਹਾਨੂੰ ਯਾਦ ਹੋਏਗਾ ਕਿ ਇੱਕ ਸਮਾਂ ਉਦੋਂ ਸੀ ਸ਼ਾਇਦ ਪੰਜਾਬ ਮੋੜ ਅੱਗ ਦੇ ਹਵਾਲੇ ਹੋ ਜਾਂਦਾ ਰਾਤੋਂ ਰਾਤ ਸਵੇਰੇ ਸ਼ਾਇਦ ਪਤਾ ਨਹੀਂ ਕੀ ਮਿਲਦਾ ਜਿਵੇਂ ਆਪਾਂ ਕਹਿੰਨੇ ਆ ਬਸਤੀਆਂ ਨਹੀਂ ਬਸਤੀਆਂ ਤੇ ਨੌਜਵਾਨ ਦੇ ਨੌਜਵਾਨ ਤਬਾਹ ਹੋ ਜਾਂਦੇ ਪਰ ਇਹਨਾਂ ਨੇ ਉਦੋਂ ਅੱਗ ਲੱਗਣ ਤੋਂ ਬਚਾਇਆ ਸੀ ਕੀ ਸੀ ਸਾਰਾ ਘਟਨਾਕਰ ਦੇਖੋ ਦਾਨਿਆਲ ਸਿੰਘ ਸਾਹਿਬ ਜੇ ਆਪਾਂ ਅਤੀਤ ਦੇ ਵਿੱਚ ਜਾਈਏ ਤੇ ਆਪਾਂ ਨੂੰ ਪਤਾ ਹੈ ਜੀ ਕਿ 1995 ਦੇ ਵਿੱਚ ਇੱਕ ਦਿਨ ਜੀ ਪੰਜਾਬ ਦੇ ਸਿਵਲ ਸੈਕਰੇਟਰੀਏਟ ਦੇ ਗੇਟ ਦੇ ਉੱਤੇ ਇੱਕ ਵੱਡਾ ਬੰਬ ਧਮਾਕਾ ਹੁੰਦਾ ਹੈ ਜੀ ਤੇ ਥੋੜੇ ਸਮੇਂ ਬਾਅਦ ਹੀ ਸਾਰੇ ਸੰਸਾਰ ਦੇ ਵਿੱਚ ਇਹ ਖਬਰ ਫੈਲ ਗਈ ਕਿ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਬੀਨ ਸਿੰਘ ਜੀ ਤੇ ਉਹਨਾਂ ਦੇ ਕੁਝ ਸਾਥੀ ਸਕਿਉਰਿਟੀ ਪਰਸਨਲ ਜਿਹੜੇ ਹੈਗੇ ਆ ਉਮਾਰੇ ਗਏ ਜੀ ਮਾਮਲਾ ਬੜਾ سنگੀਨ ਸੀ ਕਿਸੇ ਮੁੱਖ ਮੰਤਰੀ ਦਾ ਮਾਰਿਆ ਜਾਣਾ ਹੂੰ ਹੂੰ ਪੰਜਾਬ ਵਰਗੀ ਸਟੇਟ ਦੇ ਵਿੱਚ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਸੀ ਕਿਉਂਕਿ ਪੰਜਾਬ ਉਸ ਵੇਲੇ ਮਾੜੇ ਹਾਲਾਤ ਦੇ ਵਿੱਚੋਂ ਲੱਗਪਗ ਜੀ ਗੁਜ਼ਰ ਰਿਹਾ ਸੀ ਲੇਕਿਨ ਦੌਰੇ ਉਹ ਸੀ ਹੂੰ ਹੂੰ ਜਦੋਂ ਮੁਕਾਬਲਿਆਂ ਦਾ ਸਿਲਸਲਾ ਵੀ ਜਾਰੀ ਸੀ ਬਿਲਕੁਲ ਜੀ ਪੱਖ ਦੋਨੇ ਸੀ ਹੂੰ ਹੂੰ ਖੜਕੂ ਤਰੰਬ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਬੇਗੁਨਾਹਾਂ ਨੂੰ ਚੱਕ-ਚੱਕ ਕੇ ਮਾਰਿਆ ਜਾ ਰਿਹਾ ਹੂੰ ਹੂੰ ਔਰ ਜਦੋਂ ਇਹ ਮਾਰਿਆ ਜਾ ਰਿਹਾ ਮੁੱਖ ਮੰਤਰੀ ਬੀਨ ਸਿੰਘ ਹੁਣੀ ਸੀਗੇ ਤੇ ਦੂਜੇ ਪਾਸੇ ਸਰਕਾਰ ਵੱਲੋਂ ਸਟੇਟ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਅਮਨ ਕਾਨੂੰਨ ਨੂੰ ਅੱਗ ਲੱਗੀ ਸੀ ਜੀ ਅਸੀਂ ਉਹਨੂੰ ਕਿਸੇ ਹੱਦ ਤੱਕ ਸ਼ਾਂਤ ਕਰ ਲਿਆ ਤੇ ਦੁਬਾਰਾ ਕਿਤੇ ਅੱਗ ਨਾ ਲੱਗ ਜਾਵੇ ਹੂੰ ਇਸ ਲਈ ਅਸੀਂ ਰੋਕੂ ਕਾਰਪਾਈਆਂ ਕਰਦੇ ਜੀ ਪੰਜਾਬ ਦੇ ਵਿੱਚ ਕਿੰਨੇ ਕੁ ਲੋਕ ਮਰੇ ਹੂੰ ਉਸ ਵੇਲੇ ਦਾ ਕੋਈ ਹਿਸਾਬ-ਕਿਤਾਬ ਨਹੀਂ ਜੀ ਕਿਉਂਕਿ ਕੁਝ ਹਿਸਾਬ-ਕਿਤਾਬ ਤਾਂ ਹੈ ਜਿੱਥੇ ਮੁਕਾਬਲੇ ਹੋਏ ਸਿੱਧੀਆਂ ਟੱਕਰਾਂ ਹੋਈਆਂ ਪਤਾ ਲੱਗਿਆ ਕਿ ਆ ਲੋਕ ਮਾਰੇ ਗਏ ਅਖਬਾਰਾਂ ਦੇ ਵਿੱਚ ਆ ਗਿਆ ਹਮਮ ਲੇਕਿਨ ਇੱਕ ਬਹੁਤ ਵੱਡਾ ਤਬਕਾ ਉਹ ਹੈ ਜਿਹੜੇ ਮਾਰੇ ਗਏ ਜੀ ਤੇ ਜਿਨ੍ਹਾਂ ਦਾ ਇਹ ਨਹੀਂ ਪਤਾ ਲੱਗਿਆ ਕਿ ਉਹਨਾਂ ਦੀਆਂ ਡੈੱਡ ਬਾਡੀਜ਼ ਕਿੱਥੇ ਗਈਆਂ ਕਦੋਂ ਮਾਰੇ ਗਏ ਤੇ ਅੱਜ ਵੀ ਜੀ ਪੁਲਿਸ ਦੇ ਰਿਕਾਰਡ ਦੇ ਵਿੱਚ ਉਹ ਅਣਪਛਾਤੇ ਹਮਮ ਸ਼ਾਇਦ ਤੁਹਾਡੇ ਯਾਦ ਹੋਣੇ ਆਪਾਂ ਇੱਕ ਵਾਰ ਇੱਕ ਪ੍ਰੋਗਰਾਮ ਵੀ ਕੀਤਾ ਸੀ ਮਠਿੰਡੇ ਦੀ ਖਬਰ ਹੈ ਜੀ ਉਹਨਾਂ ਦਿਨਾਂ ਦੇ ਵਿੱਚ ਹਰਕ੍ਰਿਸ਼ਨ ਸਿੰਘ ਕਾਲੋ ਮਠਿੰਡੇ ਐਸਐਸਪੀ ਲੱਗਿਆ ਹੁੰਦਾ ਸੀ ਸ਼ਾਮ ਦਾ ਟਾਈਮ ਇੱਕ ਆਰਮੀ ਦਾ ਜਵਾਨ ਜੀ ਛੁੱਟੀ ਕੱਟਣ ਵਾਸਤੇ ਆਪਣੇ ਘਰ ਨੂੰ ਜਾ ਰਿਹਾ ਸਟੇਸ਼ਨ ਤੇ ਆ ਗਿਆ ਜੀ ਸੱਸੀ ਦਾੜੀ ਨਿੱਕੀ ਨਿੱਕੀ ਮੁੰਡੇ ਦੀ ਉਮਰ ਸਾਰੀ 19-20 ਸਾਲ ਐਨੀ ਕੀ ਹੁੰਦੀ ਹੈ ਬਿਲਕੁਲ ਹਾਂ ਉਹ ਆ ਕੇ ਜਦੋਂ ਰੋਟੀ ਪਾਣੀ ਛਕਣ ਲੱਗਿਆ ਹੋ ਸਕਦਾ ਵੀ ਉਹਨੇ ਕੋਈ ਮੜਾ ਮੋਟਾ ਆਪ ਦੇ ਕੋਲ ਰੰਗ ਵਗੈਰਾ ਹੋਵੇ ਉਹ ਲਾਈ ਹੋਵੇ ਤੇ ਸਟੇਸ਼ਨ ਦੇ ਸਾਹਮਣੇ ਢਾਬੇ ਐ ਉੱਥੋਂ ਉਹਨੂੰ ਫੜ ਕੇ ਕੁਤਵਾਲੀ ਚ ਲੈ ਗਈ ਅੱਛਾ ਜੀ ਕੁਤਵਾਲੀ ਚ ਲਿਆਉਣ ਤੋਂ ਬਾਅਦ ਹਵਾਲਾ ਦਿੱਤਾ ਉਹਨਾਂ ਦਿਨਾਂ ਦੇ ਵਿੱਚ ਉੱਥੇ ਇੱਕ ਮੁੰਡਾ ਮੁਨਸ਼ੀ ਲੱਗਿਆ ਹੁੰਦਾ ਸੀ ਹੂੰ ਤੇ ਫਿਰ ਰਾਤ ਨੂੰ ਹੁਕਮ ਹੋ ਗਿਆ ਕੋਈ ਗੜਬੜ ਹੋ ਗਈ ਸੀ ਪੰਜਾਬ 'ਚ ਕਿਤੇ ਕਿ ਜਿੰਨੇ ਵੀ ਹਵਾਲਾਤਾਂ ਦੇ ਵਿੱਚ ਲੋਕ ਬੈਠੇ ਐ ਹੂੰ ਉਹਨਾਂ ਨੂੰ ਮੁਕਾਬਲੇ 'ਚ ਗੱਡੀ ਚੜਾ ਦਿਓ ਗੱਡੀ ਚੜੋ ਚੜਾਓ ਹੋਇਆ ਤੇ ਉਹ ਮੁੰਡਾ ਵੀ ਮਰਿਆ ਗਿਆ ਸੀ ਉਹ ਬੰਦਾ ਜਿਹੜਾ ਮੁਨਸ਼ੀ ਸੀ ਉਸ ਵੇਲੇ ਦਾ ਇੱਕ ਚੰਗੇ ਉਹਦੇ ਤੋਂ ਸੇਵਾ ਮੁਕਤ ਹੋ ਚੁੱਕਾ ਹੈ ਜੀ ਤੇ ਉਸ ਵੇਲੇ ਜਿਹੜਾ ਬੰਦਾ OSIC ਹੂੰ ਹੂੰ ਜਿਹਨੇ ਬਦਲੀਆਂ ਦੀ ਪ੍ਰਪੋਜ਼ਲ ਪੇਸ਼ ਕਰਨੀ ਹੁੰਦੀ ਹੈ ਕਪਤਾਨ ਦੇ ਕੋਲੇ ਹਾਂਜੀ ਹਾਂਜੀ ਉਹ ਵੀ ਹੁਣ ਸੇਵਾਮੁਕਤ ਹੋ ਚੁੱਕੇ ਆ ਇਨਸਪੈਕਟਰ ਮੇਰੇ ਨਾਲ ਉਹਨਾਂ ਦੀ ਸਜੰਤਾਈ ਚੰਗੀ ਸੀ ਦੋਨਾਂ ਦੀ ਚੰਗੀ ਸੀ ਜੀ ਜੀ ਤਾਂ ਉਹ ਸਖਸ ਜਿਹੜਾ ਹੈਗਾ ਮੁੰਸ਼ੀ ਉਹ ਐਸਾਈ ਕੋਲੇ ਜਾਂਦਾ ਜੀ ਕਹਿੰਦਾ ਪਾਰਟੀ ਜੀ ਨਹੀਂ ਮਰਜੀ ਹੈ ਲੈ ਲਓ ਤੇ ਮੇਰੀ ਬਦਲੀ ਕਰਵਾ ਦਿਓ ਹੂੰ ਹੂੰ ਕਹਿੰਦੇ ਕਿੱਥੇ ਦੀ ਕਰਵਾਉਣੀ ਹੈ ਕਿਹੜੇ ਥਾਣੇ ਦੀ ਕਹਿੰਦਾ ਜੀ ਥਾਣੇ ਵੱਲ ਤਾਂ ਝਾਕਣਾ ਹੀ ਨਹੀਂ ਮੇਰੀ ਲਾਈਨ 'ਚ ਬਦਲੀ ਕਰਵਾ ਦਿਓ ਹੂੰ ਕਿੰਦੇ ਯਾਰ ਗੱਲ ਕਿਉਂ ਲੋਕ ਤਾਂ ਠਾਣੇ 'ਚ ਲੱਗਣ ਵਾਸਤੇ ਸਫਾਰਸ਼ਾਂ ਪਾਉਂਦੇ ਪੈਸੇ ਦਿੰਦੇ ਤੂੰ ਕਹਿੰਦਾ ਪਾਰਟੀ ਜਿੱਦੀ ਮਰਜ਼ੀ ਆ ਲੈ ਲੋ ਤੇ ਬਦਲੀ ਮੇਰੀ ਲੈਂਚ ਕਰਦੇ ਉਹਦਾ ਜੀ ਨਹੀਂ ਮੈਂ ਨੌਕਰੀ ਨਹੀਂ ਕਰ ਸਕਦਾ ਨਹੀਂ ਮਰ ਜਾਇੰਦਣਾ ਚਲੋ ਉਹ ਓਐਸਆਈ ਪਲਾ ਬੰਦਾ ਸੀ ਉਹਨੇ ਜੀ ਬਦਲੀ ਕਰਵਾਤੀ ਜੀ ਕਾਫੀ ਸਮੇਂ ਬਾਅਦ ਮੈਂ ਇਹਨੂੰ ਪੁੱਛਿਆ ਵੀ ਤੂੰ ਇਹ ਬਦਲੀ ਕਿਉਂ ਕਰਵਾਈ ਉਹਨੇ ਕਾਫੀ ਮੇਰੇ ਤੇ ਪ੍ਰੈਸ਼ਰ ਬਿਲਡ ਕਰਕੇ ਕਸਮਾ-ਕੁਸਮਾ ਲੈ ਕੇ ਮੈਨੂੰ ਕਹਿੰਦਾ ਗੱਲ ਨਾ ਕਿਸੇ ਕੋਲੇ ਕਰੀ ਮੈਂ ਤੈਨੂੰ ਦੱਸਦਾ ਫਿਰ ਉਹਨੇ ਮੈਨੂੰ ਆ ਇਨਸੀਡੈਂਟ ਦੱਸਿਆ ਕਿ ਉਹ ਉਹ ਜੀ ਜਵਾਂਸੀ ਉਹ ਤਾਂ ਕੋਈ ਟੈਰਰਿਸਟ ਨਹੀਂ ਸੀ ਜੀ 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 ਉਹ ਹੁਣ ਇਸ ਕਿਸਮ ਦਾ ਜਦੋਂ ਅਮਲ ਚੱਲਦਾ ਸੀ ਤੇ ਉਦੋਂ ਕੁਝ ਲੋਕਾਂ ਨੇ ਫੈਸਲਾ ਕਰ ਲਿਆ ਕਿ ਮੁੱਖ ਮੰਤਰੀ ਨੂੰ ਖਤਮ ਕੀਤਾ ਜਾਵੇ ਗੱਲਾਂ ਤਾਂ ਉਹ ਰਿਕਾਰਡ ਦਾ ਹਿੱਸਾ ਬਣ ਚੁੱਕੀਆਂ ਨੇ ਮੁੱਖ ਮੰਤਰੀ ਤੇ ਬੰਬ ਧਮਾਕਾ ਹੋ ਗਿਆ ਤੇ ਮੁੱਖ ਮੰਤਰੀ ਜੀ ਮਾਰੇ ਗਏ ਜੀ ਖੜਕੂਤ ਰਾਮਬਲੋ ਦਾਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਬੀਨ ਸਿੰਘ ਦਾ ਕਤਲ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਮੁਕਾਬਲਿਆਂ ਵਾਲਾ ਝੂਠੇ ਮੁਕਾਬਲਿਆਂ ਵਾਲਾ سلسلہ ਵੀ ਰੁਕ ਗਿਆ ਸੀ ਰੁਕ ਗਿਆ ਸੀ ਬਿਲਕੁਲ ਇੱਕ ਇੰਦਮੀ ਹਾਂ ਇਹ ਹੁਣ ਤੁਸੀਂ ਵੀ ਉਸ ਚੀਜ਼ ਦੇ ਗਵਾਹ ਮੈਂ ਵੀ ਗਵਾਹ ਹਾਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਮਤਲਬ ਉਹਦੇ ਵਾਸਤੇ ਸਬੂਤਾਂ ਦੀ ਲੋੜ ਨਹੀਂ ਹੁੰਦੀ ਅੱਖੀਂ ਦੇਖਿਆ ਹੁੰਦਾ ਅੱਖੀਂ ਦੇਖਿਆ ਹੁੰਦੀ ਹੈ ਸੋ ਉਸ ਮਾਮਲੇ ਦੇ ਉਹ ਮਾਮਲਾ ਜਿਹੜਾ ਹੈਗਾ ਹੈਂਡਓਵਰ ਕਰਤਾ ਸੀਬੀਆਈ ਨੂੰ ਜੀ ਔਰ ਸੀਬੀਆਈ ਨੇ ਉਸ ਕੇਸ ਨੂੰ ਟ੍ਰੇਸ ਕਰ ਲਿਆ ਜੀ ਕੁਝ ਲੋਕ ਫੜੇ ਗਏ ਫੜ ਕੇ ਉਹਨਾਂ ਨੂੰ ਅਦਾਲਤ 'ਚ ਪੇਸ਼ ਕਰਤਾ ਉਹਨਾਂ ਦੇ ਵਿੱਚ ਇੱਕ ਬਲਵੰਤ ਸਿੰਘ ਰਾਜੂ ਆਣਾ ਹੈ ਹਾਂ ਹਾਂ ਬਲਵੰਤ ਸਿੰਘ ਰਾਜੂਆਣਾ ਨੇ ਆਪਣੇ ਕੇਸ ਦੀ ਡਿਫੈਂਸ ਵੀ ਪਰ ਵੀ ਨਹੀਂ ਕੀਤੀ ਜੀ ਉਹਨੇ ਕੋਈ ਸ਼ਾਇਦ ਵਕੀਲ ਵਗੈਰਾ ਵੀ ਨਹੀਂ ਸੀ ਕੀਤਾ ਹੂੰ ਹੂੰ ਤੇ ਉਹਨੇ ਸਾਫ਼ ਕਹਿ ਦਿੱਤਾ ਸੀ ਕਿ ਹਾਂ ਮੈਂ ਇਸ ਕੇਸ ਦੇ ਵਿੱਚ ਇਨਵੋਲਵ ਸੀ ਜੀ ਜੇ ਦਲਾਵਰ ਸਿੰਘ ਤੋਂ ਬਚ ਜਾਂਦਾ ਹੂੰ ਹੂੰ ਬੇਨ ਸਿੰਘ ਤਾਂ ਦੂਜਾ ਜਿਹੜਾ ਹੈਗਾ ਵੀਡੀਓ ਵੈਲਟ ਸੀ ਬਰੂਦ ਵਾਲੀ ਉਹ ਮੇਰੇ ਲੱਗੀ ਹੋਈ ਸੀ ਤੇ ਫਿਰ ਮੈਂ ਇਹ ਕੰਮ ਕਰਨਾ ਸੀ ਜੀ ਅਗਰ ਜੇ ਕਿਤੇ ਮਤਲਬ ਉਹ ਦਲਾਵਰ ਸਿੰਘ ਛੋਟੀ ਉਮਰ ਦਾ ਸੀ ਵੀ ਜੇ ਉਹ ਡਰ ਜਾਂਦਾ ਤਾਂ ਫਿਰ ਮੈਂ ਕਰਨਾ ਅਰੇ ਇਹ ਵੀ ਕਿਹਾ ਜਾਂਦਾ ਹੈ ਕਿ ਕੌਣ ਬਣੂਗਾ ਮਨੁੱਖੀ ਬੰਬ ਜੀ ਇਸ ਮਾਮਲੇ ਨੂੰ ਲੈ ਕੇ ਵੀ ਪਰਚੀਆਂ ਪਾਈਆਂ ਗਈਆਂ ਸੀ ਕਿ ਕੀ ਦੇ ਹੱਕ ਪਰਚੀ ਨਿਕਲਦੀ ਹੈ ਉਹ ਬੰਦੇ ਨੇ ਨਹੀਂ ਮੁਕਰਿਆ ਬਾਅਦ ਦੇ ਵਿੱਚ ਉਹਨੂੰ ਸਜਾਇਆ ਮੌਦੀ ਸਜਾ ਸਨਾਤੀ ਕੋਰਟ ਨੇ ਹਾਂਜੀ ਉਹਨੇ ਅਪੀਲ ਵਗੈਰਾ ਵੀ ਨਹੀਂ ਪਾਈ ਫਿਰ ਜੇਲ੍ਹ ਦੇ ਵਿੱਚੋਂ ਨੇ ਇੱਕ ਚਿੱਠੀ ਲਿਖੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਕਿ ਹਾਂ ਮੈਂ ਬੀਨ ਸਿੰਘ ਨੂੰ ਮਾਰਨ ਵਾਲਾ ਤੇ ਮੈਨੂੰ ਜਿਹੜਾ ਹੈਗਾ ਫਾਂਸੀ ਦੇ ਦਿੱਤੀ ਜਾਵੇ ਜੀ ਅਰੋ ਦੀ ਤਸਦੀਕ ਕਰਵਾਈ ਹਾਈ ਕੋਰਟ ਨੇ ਵਕਾਇਦਾ ਇੱਕ ਜੁਡੀਸ਼ੀਅਲ ਅਫਸਰ ਦੇ ਜ਼ਰੀਏ ਕਿ ਕੀ ਐਚਟੀਓ ਸੇ ਲਈ ਦਸ ਲੀਕ ਹੋ ਗਈ ਕਿ ਚਿੱਠੀ ਉਸੇ ਦੀ ਫਿਰ ਉਸ ਤੋਂ ਬਾਅਦ سلسلہ ਸ਼ੁਰੂ ਹੁੰਦਾ ਅਗਲਾ ਹੂੰ ਤਾਂ ਕਿਉਂਕਿ ਇੱਕ ਕੇਸ ਚੰਡੀਗੜ੍ਹ ਦਾ ਚੰਡੀਗੜ੍ਹ ਦੀ ਜੂਨੀਅਨ ਟੈਰੀਟਰੀ ਸੀ ਹੂੰ ਯੂਨੀਅਨ ਟੈਰੀਟਰੀ ਦੇ ਜਿਹੜੀ ਸੈਸ਼ਨ ਕੋਰਟ ਸੀ ਉਹਨੇ ਕਾਲੇ ਵਾਰੰਟ ਜਾਰੀ ਕਰ ਦਿੱਤੇ ਕਿ ਬਲਵੰਤ ਸਿੰਘ ਰਾਜੂਆਣਾ ਨੂੰ ਫਾਂਸੀ ਦੇ ਦਿੱਤਾ ਗਿਆ ਉਹਨਾਂ ਦਿਨਾਂ ਦੇ ਵਿੱਚ ਲਖਵਿੰਦਰ ਸਿੰਘ ਜਾਖੜ ਜੀ ਇਹ ਸੁਪਰਡੈਂਟ ਪਟਿਆਲਾ ਜੇਲ ਹੁੰਦੇ ਸੀ ਹੂੰ ਸਭ ਤੋਂ ਵੱਡਾ ਅਫਸਰ ਅਜੋ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਫਾਂਸੀ ਤੇ ਲਟਕਾਉਣ ਦੀ ਉਹ ਸੁਪਰਡੈਂਟ ਹੀ ਹੁੰਦੀ ਹੈ। ਵਾਰੰਟ ਉਹਦੇ ਨਾਲ ਹੀ ਜਾਰੀ ਹੁੰਦੇ ਆ। ਅਗਾ ਉਹਨਾਂ ਨੇ ਡਿਊਟੀਆਂ ਲਾਉੜੀਆਂ ਹੁੰਦੀਆਂ। ਡਿਊਟੀਆਂ ਲਾਉਣੇ। ਆ ਰਿਸਪੌਂਸਿਬਿਲਟੀ ਉਹਦੀ ਫਿਕਸ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਕੰਮ ਨੂੰ ਸਿਰੇ ਚੜਾਓ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਤੂਫਾਨ ਖੜਾ ਹੋ ਗਿਆ ਸੀ। ਜੀ। ਜਿਨ੍ਹਾਂ ਲੋਕਾਂ ਨੇ ਤੂਫਾਨ ਦੇਖਿਆ ਉਹਨਾਂ ਨੂੰ ਯਾਦ ਹੋਊ ਜੇ ਨਹੀਂ ਯਾਤਮ ਯਾਦ ਕਰਵਾਉ। ਰਾਤ ਪੂਰਾ ਛੰਡੀਆਂ ਲੱਗੀਆਂ ਸੀ ਘਰਾਂ ਤੋਂ। ਟੋਟਲ ਜਿਹੜਾ ਹੈਗਾ ਪੰਜਾਬ ਦਿਹਾਤੀ ਪੰਜਾਬ। ਹਾਂ ਹਾਂ। ਦੇਹਾਤੀ ਪੰਜਾਬ ਦਾ ਸ਼ਹਿਰ ਦੀ ਕੋਈ ਘਰ ਬਚਿਆ ਹੋ ਜੀ ਦੇ ਉੱਤੇ ਰੋਸ ਵਜੋਂ ਕਾਲੀਆਂ ਝੰਡਗਾਂ ਨਹੀਂ ਸੀ ਲੱਗੀਆਂ ਜੀ ਸ਼ਹਿਰਾਂ ਦੇ ਵਿੱਚ ਵੀ ਕੁਝ ਲੋਕਾਂ ਨੇ ਉਹ ਝੰਡਗਾਂ ਲਾ ਗਿਆ ਸੀ ਔਰ ਫਿਰ ਖਾਲਸਾ ਮਾਰਚ ਜਿਹੜੇ ਹੈਗੇ ਸਟਾਰਟ ਹੋਏ ਜੀ ਬਿਲਕੁਲ ਪੀ ਜਿਹੜੀਆਂ ਕੇਸਰੀ ਦਸਤਾਰਾ ਕੇਸਰੀ ਚੁੰਨੀਆਂ ਔਰਤਾਂ ਕੁੜੀਆਂ ਨੌਜਵਾਨ ਕੁੜੀਆਂ ਉਹ ਬਜ਼ਾਰਾਂ ਚ ਪ੍ਰੋਟੈਸਟ ਕਰਦੀਆਂ ਖਾਲਸਾ ਮਾਰਚ ਇੱਥੋਂ ਇਧਰ ਨੂੰ ਜਾਂਦਾ ਇੱਥੋਂ ਇਧਰ ਟੋਟਲ ਜਿਹੜਾ ਹੈਗਾ ਪੰਜਾਬ ਉਹ ਕੇਸਰੀ ਰੰਗ ਦੇ ਵਿੱਚ ਰੰਗਿਆ ਗਿਆ ਸੀ ਜੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਬਹੁਤ ਟੈਨਸ਼ਨ ਜੀ ਉਹਨਾਂ ਦੇ ਵੀ ਦਿਮਾਗ ਦੇ ਉੱਤੇ ਸੀ ਕਿ ਜੇ ਮੇਰੀ ਹਕੂਮਤ ਦੇ ਵਿੱਚ ਇਹ ਕੁਝ ਹੋ ਗਿਆ ਤਾਂ ਇਤਿਹਾਸ ਦੇ ਵਿੱਚ ਮੇਰਾ ਨਾਂ ਬੜਾ ਭੜੇ ਅੱਖਰਾਂ 'ਚ ਲਿਖਿਆ ਜਾਊ ਕਿਉਂਕਿ ਪਹਿਲਾਂ ਵੀ ਬਾਦਲ ਸਾਹਿਬ ਦੇ ਉੱਤੇ ਇਲਜ਼ਾਮ ਲੱਗਦਾ ਸੀ ਕਿ ਸਭ ਤੋਂ ਵੱਡੀ ਗੱਲ ਇਹ ਸੀ ਉਹ ਟਾਈਮ ਉਹ ਸੀਗਾ ਕਿ ਵੋਟਾਂ ਪੈ ਚੁੱਕੀਆਂ ਸੀ ਜੀ ਨਵੇਂ ਇਲੈਕਸ਼ਨਾਂ ਦਾ ਕੀ ਕਹਿੰਦੇ ਆ ਉਹ ਰਿਜ਼ਲਟ ਆਉਣਾ ਬਾਕੀ ਸੀ ਕਾਊਂਟਿੰਗ ਬਾਕੀ ਸੀ ਨਵੀਂ ਸਰਕਾਰ ਬਣੀ ਨਹੀਂ ਸੀ ਚਲੋ ਜੋ ਵੀ ਸੀ ਮਤਲਬ ਇਹ ਤਸਵੀਰਾਂ ਕਿਉਂਕਿ ਬਾਦਲ ਜਿਹੜਾ ਪੰਜਾਬ ਦੇ ਵਿੱਚ ਮੁਕਾਬਲਿਆਂ ਦੀ ਸ਼ੁਰੂ ਸ਼ੁਰੂਆਤ ਤੋਂ ਉਸੇ ਨਕਸਲੀ ਮੂਵਮੈਂਟ ਹੋਈ ਜੀ 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 ਉਹਦਾ ਜਿਹੜਾ ਹੈਗਾ ਉਹ ਜਿਹੜੀ ਜਿਹੜੀ ਵਾਰੀ ਬਾਦਲ ਸਾਹਿਬ ਤੇ ਪੈ ਗਈ ਮੋੜਾ ਹਾਂ ਉਹ ਬਾਦਲ ਸਾਹਿਬ ਤੇ ਇਲਜ਼ਾਮ ਲੱਗਦਾ ਤੇ ਬਾਦਲ ਸਾਹਿਬ ਵੀ ਇਸ ਕੱਲ ਤੋਂ ਡਰੇ ਹੋਏ ਸੀ ਵੀ ਹੁਣ ਕਰੀਏ ਤਾਂ ਕਰੀਏ ਕੀ ਜੀ ਇਹ ਹੁਣ ਕਿਉਂਕਿ ਕਈ ਅਫਸਰ ਉਹ ਹੁੰਦੇ ਆ ਜਿਹੜੇ ਜੋ ਉੱਪਰਲਾ ਹੁਕਮ ਆ ਗਿਆ ਉਹਨੂੰ ਵਜਾ ਦਿੰਦੇ ਹਮਮ ਲੇਕਿਨ ਇਹ ਅਫਸਰੀ ਨਹੀਂ ਹੁੰਦੀ ਜੀ ਅਫਸਰੀ ਇਹ ਹੁੰਦੀ ਹੈ ਕਿ ਉੱਪਰਲਾ ਹੁਕਮ ਆ ਗਿਆ ਹਮਮ ਅਦਾਲਤ ਨੇ ਆਪਦਾ ਕੰਮ ਕਰ ਦਿੱਤਾ ਕੀ ਇਹ ਹੁਕਮ ਜਿਹੜਾ ਹੈਗਾ ਇੰਪਲੀਮੈਂਟ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਇੱਥੇ ਆਪਣੀ ਬੁੱਧੀ ਤੇ ਵਿਵੇਕ ਹੈ ਜਿਹੜੀ ਉਹ ਅਪਲਾਈ ਕਰਨੀ ਹੁੰਦੀ ਹੈ ਅਫੀਸਰ ਨੇ ਜੀ ਲਖਵਿੰਦਰ ਸਿੰਘ ਜਾਖੜ ਕਿਉਂਕਿ ਸਿਆਣਾ ਅਫਸਰ ਸੀ ਗੰਭੀਰਤਾ ਉਹ ਵੀ ਜਾਣਦਾ ਸੀ ਕਿ ਇਹਦਾ ਨਤੀਜਾ ਕੀ ਨਿਕਲੂਗਾ ਸੋ ਉਹਨਾਂ ਨੇ ਮਿਹਨਤ ਕੀਤੀ ਸਟੱਡੀ ਕੀਤੀ ਤਾਂ ਉਹਨਾਂ ਦੇ ਕੋਲ ਇੱਕ ਤੱਥ ਆ ਗਿਆ ਇੱਕ ਡਾਕੂਮੈਂਟ ਆ ਗਿਆ ਕਿ ਪੰਜਾਬ ਦੇ ਵਿੱਚ ਇੱਕ ਅਜਿਹਾ ਕੇਸ ਹੋਇਆ ਸੀ ਜਿੱਥੇ ਇੱਕੋ ਕੇਸ ਨਾਲ ریلیਟਡ ਜਿਹੜੇ ਬੰਦੇ ਸੀ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਘਟਨਾ ਯੂਪੀ ਦੀ ਸੀ ਹਾਂਜੀ ਇੱਕੋ ਵਿਅਕਤੀ ਜਿਹੜਾ ਸੀ ਉਹਨਾਂ ਚ ਕਮਜ਼ੋਰ ਸੀ ਸ਼ਾਇਦ ਉਹ ਜਿਹੜਾ ਵਿਅਕਤੀ ਘਟਨਾ ਭਾਵੇਂ ਯੂਪੀ ਦੀ ਸੀ ਬੰਦਾ ਪੰਜਾਬ ਦਾ ਸੀ ਬੰਦਾ ਬਟਾਲੇ ਕੋਲ ਦਾ ਸੀ ਬਟਾਲੇ ਕੋਲ ਦਾ ਸੀ ਗੁਰਦਾਸਪੁਰ ਜਿਲ੍ਹੇ ਦਾ ਜਿਹੜਾ ਉਹ ਵਿਅਕਤੀ ਸੀ ਕਿ ਸ਼ਾਇਦ ਉਹਦੇ ਕੋਲੇ ਇੱਕ ਪੋਜੀਸ਼ਨ ਨਹੀਂ ਸੀ ਕਿ ਉਹਦੀ ਮਾਦੀ ਹਾਲਤ ਅਲਾਉ ਨਹੀਂ ਕਰਦੀ ਸੀ ਕਿ ਕੋਈ ਅਪੀਲ ਵਗੈਰਾ ਕਰ ਸਕਦਾ ਬਾਕੀ ਇਹਨੇ ਅਪੀਲ ਕਰਤੀ ਇੱਕ ਬੰਦੇ ਦੀ ਅਪੀਲ ਰਹਿ ਗਈ ਉਹਦੇ ਤੇ ਸਟੈਂਡ ਕਰਦਾ ਸੀ ਆਊਟਰ ਫਲਸੀ ਦਾ ਔਰ ਉਹਦੇ ਵਾਸਤੇ ਵੀ ਇਸ ਅਜਿਹੇ ਹੀ ਕਾਲੇ ਪਰੰਟ ਜਾਰੀ ਹੋ ਗਏ ਸੀ ਜੀ ਫਿਰ ਕਿਸੇ ਤਰੀਕੇ ਮਾਮਲਾ ਅਦਾਲਤ ਚ ਪਹੁੰਚ ਗਿਆ ਉਹਨੇ ਪਛਾਤਾ ਉਹਦੇ ਕਿਸ ਰਿਸ਼ਤੇਦਾਰ ਨੇ ਪਛਾਤਾ ਕਿਸੇ ਮਿੱਤਰ ਪਿਆਰੇ ਨੇ ਪਛਾਤਾ ਅਦਾਲਤ ਵਿੱਚ ਇਹ ਗਿਆ ਕਿ ਕਿਉਂਕਿ ਅਜੇ ਤੱਕ ਇਹ ਕੇਸ ਪੈਂਡਿੰਗ ਪਈ ਜੀ ਇਸ ਕੇਸ ਤੇ ਜਿਹੜੇ ਤਿੰਨ ਬੰਦਿਆਂ ਨੇ ਦੋ ਬੰਦਿਆਂ ਨੇ ਜਾਂ ਜਿੰਨੇ ਵੀ ਕੋ ਅਕਿਊਜ਼ਡ ਹੈ ਉਹਨਾਂ ਨੇ ਅਪੀਲ ਕੀਤੀ ਹੋਈ ਹੈ ਇਨ ਕੇਸ ਉਹ ਬੰਦੇ ਬਰੀ ਹੋਗੇ ਇਹ ਪ੍ਰੂਵ ਨਹੀਂ ਹੁੰਦਾ ਕਿ ਇਹਨਾਂ ਬੰਦਿਆਂ ਨੇ ਕਤਲ ਕੀਤਾ ਹੈ ਜਾਂ ਉਸ ਬੰਦੇ ਦਾ ਕਤਲ ਹੋਇਆ ਵੀ ਹੈ ਕਿ ਨਹੀਂ ਹੋਇਆ ਕੀ ਹੋਇਆ ਤੇ ਇਸ ਬੰਦੇ ਨੂੰ ਅੱਜ ਫਾਂਸੀ ਦਿੱਤੀ ਦਾ ਕੀ ਹੋਊਗਾ ਤਾਂ ਸੁਪਰੀਮ ਕੋਰਟ ਦਾ ਫੈਸਲਾ ਸੀ ਕਿ ਜੇ ਪੈਂਡਿੰਗ ਕੇਸ ਹੋਵੇ ਭਾਵੇਂ ਇੱਕ ਵੀ ਬੰਦੇ ਦੀ ਅਪੀਲ ਪੈਂਡ ਹੋਵੇ ਤਾਂ ਫਾਂਸੀ ਨਹੀਂ ਦਿੱਤੀ ਜਾ ਸਕਦੀ ਲਖਮਿੰਦਰ ਜਾਖੜ ਦੇ ਕੋਲੇ ਉਹ ਪੁਆਇੰਟ ਸੀ ਔਰ ਉਹਨੇ ਇਹ ਗੱਲ ਕਹਿਤੀ ਕਿ ਮੈਂ ਜਿਹੜੇ ਹੈਗੇ ਆ ਆ ਕੋਰਟ ਦੇ ਹੁਕਮਾਂ ਨੂੰ ਅਮਲੀ ਰੂਪ ਦੇਣ ਤੋਂ ਇਨਕਾਰ ਕਰਦਾ ਹਾਂ ਜੀ ਨਤੀਜਾ ਕੀ ਹੋਇਆ ਹਹਾਕਾਰ ਮਚ ਗਈ ਹਹਾਕਾਰ ਮਚਿੰਦਾ ਇਹ ਹੋਇਆ ਕਿ ਜਿਹੜੀ ਚੰਡੀਗੜ੍ਹ ਦੀ ਸੈਸ਼ਨ ਕੋਰਟ ਸੀ ਉਹਨਾਂ ਨੇ ਲਖਮਿੰਦਰ ਸਿੰਘ ਜਾਖੜ ਨੂੰ ਕੰਟੈਂਪਟ ਆਫ ਕੋਰਟ ਦਾ ਨੋਟਿਸ ਦਿੱਤਾ ਕਿ ਕਿਉਂ ਨਾ ਤੁਹਾਡੇ ਖਿਲਾਫ ਅਦਾਲਤ ਦੀ ਹੁਕਮ ਅਦੂਲੀ ਦੇ ਦੋਸ਼ੇਸ਼ਟ ਮੁਕੱਦਮਾ ਚ ਲਾਇਆ ਜਾਵੇ ਜੀ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਸੀ ਹਾਂ ਜੀ ਬਹੁਤ ਵੱਡੀ ਗੱਲ ਹੁੰਦੀ ਹੈ ਅਦਾਲਤ ਦੀ ਹੁਕਮ ਅਦੂਲੀ ਦਾ ਮੁਕੱਦਮਾ ਕਰਾਉਣਾ ਜੇ ਬੰਦੇ ਤੇ ਚੱਲ ਪਏ ਤੇ ਬੰਦੇ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਵੇ ਸਰਵਿਸ ਵੀ ਜਾਂਦੀ ਹੈ ਤੇ ਸਜ਼ਾ ਵੀ ਹੁੰਦੀ ਹੈ ਸਜ਼ਾ ਵੀ ਹੁੰਦੀ ਹੈ ਤੇ ਪੱਲੇ ਵੀ ਕੁਝ ਨਹੀਂ ਪੱਲੇ ਵੀ ਕੱਖ ਨਹੀਂ ਪੈਂਦਾ ਕੱਖ ਨਹੀਂ ਸਭ ਕੁਝ ਜਬਤ ਹੋ ਜਾਂਦਾ ਹੂੰ ਹੂੰ ਜੈਕਟ ਸਭ ਕਿਉਂਕਿ ਸਿਆਣਾ ਬੰਦਾ ਸੀ ਉਨੇ ਨਾਲ ਦੀ ਨਾਲ ਹੀ ਆਪਣੀ ਉਹੀ ਪਟੀ ਜਿਹੜੀ ਉਹਦੇ ਕੋਲ ਜੱਜਮੈਂਟ ਸੀ ਉਸ ਜੱਜਮੈਂਟ ਦਾ ਹਵਾਲਾ ਦੇ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਚੈਲੰਜ ਕੀਤਾ ਸੈਸ਼ਨ ਕੋਰਟ ਦਾ ਜਿਹੜਾ ਨੋਟਿਸ ਉਹਨੂੰ ਕੰਟੈਂਪਟ ਆਫ ਕੋਰਟ ਨੋਟਿਸ ਦਿੱਤਾ ਸੀ ਕਿ ਇਹ ਨੋਟਿਸ ਜਦੋਂ ਹਾਈ ਕੋਰਟ ਨੇ ਗੱਲ ਦੇਖਿਆ ਕਿ ਇਹ ਬੁੱਧੀਦਾਰ ਅਫੀਸਰ ਹੈ ਹੂੰ ਹੂੰ ਵਾਕਈ ਕਿਸੇ ਬੰਦੇ ਨੂੰ ਇੱਕ ਵਾਰੀ ਜੇ ਫਰਜ਼ ਕਰੋ ਅਦਾਲਤ ਦੇ ਹੁਕਮ ਤੇ ਉਹਨੂੰ ਫਾਂਸੀ ਦੇ ਦਿੱਤਾ ਫਾਂਸੀ ਦੇ ਕੇ ਉਹਦੀ ਜਾਨ ਲਈ ਜਾ ਸਕਦੀ ਉਹਦੀ ਜਾਨ ਵਾਪਸ ਨਹੀਂ ਕੀਤੀ ਜਾ ਸਕਦੀ ਵਾਪਸ ਨਹੀਂ ਕੀਤੀ ਜਾ ਸਕਦੀ ਕਿਸੇ ਬੰਦ ਸਾਡਾ ਕਾਨੂੰਨ ਕੀ ਕਹਿੰਦਾ ਹੈ ਪਰ ਇਹਦਾ ਕਾਨੂੰਨ ਇਹ ਕਹਿੰਦਾ ਕਿ ਕਿਸੇ ਵੀ ਬੇਗੁਨਾਹ ਨੂੰ ਸਜ਼ਾ ਨਾ ਹੋਵੇ ਜੀ ਬੇਸ਼ੱਕ 100 ਗੁਨਾਹਗਰ ਛੁੱਟ ਜੀ ਹੂੰ ਹੂੰ 100 ਗੁਨਾਹਗਰ ਜੇ ਬਰੀ ਹੁੰਦਾ ਹੋ ਜਾਵੇ ਇਹਦਾ ਕੋਈ ਇਤਰਾਜ਼ ਨਹੀਂ ਲੇਕਿਨ ਬੇਗੁਨਾਹ ਨੂੰ ਨਹੀਂ ਬੇਗੁਨਾਹ ਨੂੰ ਨਾ ਟੰਗਿਆ ਜਾਵੇ ਜਿੰਨੀ ਦੇਰ ਤੱਕ ਇਹ ਕੇਸ ਦਾ ਫੈਸਲਾ ਨਹੀਂ ਹੁੰਦਾ ਕਿ ਬਲਵੰਤ ਸਿੰਘ ਰਾਜੋ ਆਣਾ ਬੇਗੁਨਾਹ ਹੈ ਕਿ ਨਹੀਂ ਹੈ ਚਲੋ ਉਹਦੀ ਗੱਲ ਮੰਨੀ ਗਈ ਉਹ ਜਿਹੜਾ ਜਿਹੜਾ ਪੰਜਾਬ ਦੇ ਉੱਤੇ ਬੜਾ ਭਿਆਨਕ ਸਮਾਂ ਸੀ ਜੀ ਬੜਾ ਭਿਆਨਕ ਟਾਈਮ ਸੀ ਉਹ ਟਾਈਮ ਮਿਸਟਰ ਜਾਖੜ ਨੇ ਜਿਹੜਾ ਹੈਗਾ ਉਹ ਟਾਲਿਆ ਅਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਅਪੀਲ ਕੀਤੀ ਜਾਂਦੀ ਹੈ ਬਲਵੰਤ ਸਿੰਘ ਰਾਜੋਹੜਾ ਦੇ ਨਾਂ ਤੇ ਕਿ ਇਹਨਾਂ ਦੀ ਜਿਹੜੀ ਸਜ਼ਾ ਉਹ ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਮਾਫ ਕੀਤੀ ਜਾਵੇ ਹਾਂ ਹਾਂ ਔਰ ਉਹ ਅਪੀਲ ਜਿਹੜੀ ਹੈ ਉਹ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਤੇ ਸੀ ਜੀ ਤੇ ਮੇਰੇ ਖਿਆਲ ਮੁਤਾਬਕ ਉਹਨਾਂ ਦਿਨਾਂ ਚ ਦੇਸ਼ ਦੇ ਰਾਸ਼ਟਰਪਤੀ ਪਰਤਵਾ ਪਾਟਲ ਸੀ ਸ਼ਾਇਦ ਹਾਂਜੀ ਬਿਲਕੁਲ ਔਰ ਉਹਦੇ ਕੋਲ ਪਟੀਸ਼ਨ ਲੈ ਕੇ ਕੌਣ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਗਏ ਸੀ ਜੀ ਮੁੱਖ ਮੰਤਰੀ ਨੇ ਪਟੀਸ਼ਨ ਲਈ ਸੀ ਔਰ ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਮਾਨਯੋਗ ਰਾਸ਼ਟਰਪਤੀ ਸਹਿਬਾ ਨੇ ਇੱਕ ਕਿਸਮ ਦੀ ਰੋਕ ਲਾ ਦਿੱਤੀ ਸੀ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਨਹੀਂ ਦੇਣੀ ਔਰ ਇਹਦੇ ਸਬੰਧ ਵਿੱਚ ਕੇਂਦਰ ਸਰਕਾਰ ਆਪਣਾ ਜਿਹੜਾ ਉਹ ਜਵਾਬ ਦਾਖਲ ਕਰੇ ਤੁਸੀਂ ਦੇਖਿਆ ਹੋਣਾ ਪਰਨ ਮੁਰਖ ਜੀ ਸੀ ਜੀ ਪਰਨ ਮੁਰਖ ਜੀ ਪਰਨ ਮੁਰਖ ਉਹਦੋਂ ਫਿਰ ਤੁਹਾਡੀ ਯਾਦ ਹੋਣਾ ਹੈ ਜਦੋਂ ਜਵਾਬ ਮੰਗਿਆ ਸੀ ਜੀ ਤੇ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਖਬਰ ਡਿਸਕਸ ਕੀਤੀ ਸੀ ਕਿ ਸੁਪਰੀਮ ਕੋਰਟ ਨੇ ਦਾ ਨੋਟਸ ਲਿਆ ਹੂੰ ਹੂੰ ਕਿ ਹੁਣ ਤੱਕ ਕੇਂਦਰ ਸਰਕਾਰ ਨੇ ਉਹਦਾ ਜਵਾਬ ਦਿੱਤਾ ਕਿ ਉਹ ਨਹੀਂ ਆ ਕੁਝ ਦਿਨ ਪਹਿਲਾਂ ਦੀ ਗੱਲ ਹੀ ਜੀ ਜੀ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ 'ਚ ਕਿਉਂ ਨਹੀਂ ਦਿੱਤਾ ਔਰ ਮੈਂ ਇਹ ਵੀ ਗੱਲ ਕਰ ਦਵਾਂ ਕਿ ਬਾਬੇ ਨਾਨਕ ਦੇ 500 ਸਾਲਾ ਪ੍ਰਕਾਸ਼ ਉਸਤਵ ਦੇ ਮੌਕੇ ਤੇ ਜੀ ਭਾਰਤ ਸਰਕਾਰ ਨੇ ਇਹ ਕਨਵੇ ਕਰਤਾ ਸੀ ਹੂੰ ਹੂੰ ਕਿ ਅਸੀਂ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਉਮਰ ਕੈਦ ਵਿੱਚ ਕਨਵਰਟ ਕਰ ਦਿੱਤੀ ਹੈ ਜੀ ਔਰ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ اپੋਜੀਸ਼ਨ ਦੇ ਦੇਵ ਸਿੰਘ ਇਹਨਾਂ ਨੇ ਵੀ ਉਦੋਂ ਡਿਮਾਂਡ ਕੀਤੀ ਸੀ ਕਿ ਉਹਨੂੰ ਤਾਜ਼ ਜਿੰਦਗੀ ਬਲਵੰਤ ਸਿੰਘ ਰਾਜੋ ਉਹਨਾਂ ਨੂੰ ਭਾਵੇਂ ਤਾਜ਼ ਜਿੰਦਗੀ ਜੇਲ੍ਹ ਚ ਰੱਖ ਲੋ ਜੀ ਲੇਕਿਨ ਉਹਨੂੰ ਫਾਂਸੀ ਨਾ ਦਿੱਤੀ ਜਾਵੇ ਇੱਥੋਂ ਤੱਕ ਕਿ ਬੇਅੰਤ ਸਿੰਘ ਦੇ ਪਰਿਵਾਰ ਦੇ ਕੁਝ ਜੀਆਂ ਨੇ ਵੀ ਇਹ ਕਹਿ ਦਿੱਤਾ ਸੀ ਕਿ ਸ਼ਾਂਤੀ ਦੇ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਨੂੰ ਫਾਂਸੀ ਨਾ ਦਿੱਤੀ ਜਾਵੇ ਨਾ ਜੀ ਸੋ ਚਲੋ ਕਈ ਵਾਰੀ ਬੰਦੇ ਦੀਆਂ ਹੁੰਦੀਆਂ ਮੈਨੂੰ ਅਫਸੋਸ ਇਸ ਗੱਲ ਦਾ ਕਿ ਸਰਵਿਸ ਦੇ ਵਿੱਚ ਰਹਿੰਦੇ ਆ ਬੜਾ ਕੁਝ ਹੁੰਦਾ ਹੈ ਪਾਰਟੀਬਾਜੀ ਵੀ ਹੁੰਦੀ ਹੈ ਤਲਾਕਤਬਾਜੀ ਵੀ ਹੁੰਦੀ ਹੈ ਮੰਨ ਲਓ ਕਿ ਇਹਦੀ ਬੰਦੇ ਤੋਂ ਕੋਈ ਗਲਤੀ ਵੀ ਹੋ ਜਾਂਦੀ ਹੈ ਚਲਦਿਆ ਚਲਦਿਆ ਗਲਤੀ ਵੀ ਹੋ ਜਾਂਦੀ ਹੈ ਜੀ ਹੋ ਜਾਂਦੀ ਹੈ ਲੇਕਿਨ ਕਿਸੇ ਬੰਦੇ ਦੀ ਕਾਰਗੁਜ਼ਾਰੀ ਜਿਹੜੀ ਹੈਗੀ ਉਸ ਕਾਰਗੁਜ਼ਾਰੀ ਦੀ ਜਿਹੜੀ ਹੈਗੀ ਪੋਜੀਟਿਵ ਤੇ 네ਗੈਟਿਵਿਟੀ ਦੋਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਉਹਦੀ ਜਿਹੜੀ ਹੈ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਇਹ ਨਹੀਂ ਕਿ ਜੇ ਕੱਲ ਉਹਨਾਂ ਦੀ ਖਬਰ ਆ ਗਈ ਕਿ ਮਿਸਟਰ ਲਖਮਿੰਦਰ ਸਿੰਘ ਜਾਖੜ ਨੇ ਪੰਜਾਬ ਦੀ ਕਿਸਾਨੀ ਦੇ ਸੰਕਟ ਦੇ ਚੱਲਦਿਆਂ ਜੀ ਉਹਦੀ ਜ਼ਮੀਰ ਨੇ ਉਹ ਕਹਿੰਦਾ ਮੇਰੀ ਜ਼ਮੀਰ ਨੇ ਆਵਾਜ਼ ਦਿੱਤੀ ਕਿ ਜੇ ਤੇਰੇ ਭਰਾ ਤੇਰੇ ਭਤੀਜੇ ਤੇਰੇ ਵੱਡੇ ਬਡੇਰੇ ਜਿਹੜੇ ਹੈਗੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲਟ ਰਹੀ ਹੈ ਲਿਟੀ ਜਾਂਦੇ ਧਰਤੀ ਤੇ ਪਏ ਐ ਇਸ ਠੰਡੀਆਂ ਰਾਤਾਂ ਦੇ ਵਿੱਚ ਤੇ ਤੂੰ ਭਾਈ ਨੌਕਰੀ ਕਰਦਾ ਵੀ ਮੈਂ ਇਹ ਰਾਜੀ ਨਹੀਂ ਕਰਦਾ ਮੈਂ ਤਾਂ ਉਸ ਸੰਘਰਸ਼ਾਂ ਵਿੱਚ ਸ਼ਾਮਲ ਹੋਣਾ ਜੀ ਉਹ ਬੰਦੇ ਨੇ ਰਿਜ਼ਾਈਨ ਕਰਤਾ ਜਾਂ ਉਹਨਾਂ ਪ੍ਰੀਮਚੂਅਰ ਰਿਟਾਇਰਮੈਂਟ ਲੈ ਲਈ ਉਹਦੇ ਉੱਤੇ ਕੁਝ ਬੰਦਿਆਂ ਨੇ ਮੈਨੂੰ ਅੱਜ ਮੈਨੂੰ ਵੀ ਥੋੜਾ ਜਿਹਾ ਮਹਿਸੂਸ ਹੋਇਆ ਹੂੰ ਕਿ ਕੁਝ ਬੰਦੇ ਨੇ ਕਿੰਤੂ ਪਰੰਤੂ ਕੀਤਾ ਜੀ ਇਹਨੂੰ ਸਸਪੈਂਡ ਕੀਤਾ ਸੀ ਤਾਂ ਬਹਾਲ ਚੱਲਦਾ ਸੀ ਉਹਦਾ ਬਹਾਲ ਚੱਲਦਾ ਸੀ ਉਹ ਤਾਂ ਸਤੰਬਰ ਤੋਂ ਬਹਾਰ ਇਹ ਜਿਹੜੀਆਂ ਫੋਰਸਾਂ ਹੈ ਚਾਹੇ ਪੁਲਿਸ ਆਇਆ ਚਾਹੇ ਜੇਲ੍ਹ ਡਿਪਾਰਟਮੈਂਟ ਹੈ ਇੱਥੇ ਸਸਪੈਂਸ਼ਨ ਨੂੰ ਕੋਈ ਸਜ਼ਾ ਹੀ ਨਹੀਂ ਮੰਨਿਆ ਜਾਂਦਾ ਜੀ ਜੀ ਅੱਜ ਸਸਪੈਂਡ ਕਰਨ ਦੇ ਆ ਘੰਟੀ ਬਾਦਮ ਦੇ ਨੂੰ ਬਹਾਲ ਕਰ ਦਿੰਦੇ ਸਜ਼ਾ ਉਦੋਂ ਹੁੰਦੀ ਹੈ ਜਦੋਂ ਕੋਈ ਬੰਦਾ ਗਿਲਟੀ ਕਰਾਰ ਦੇ ਦੇ ਉਹ ਜਿਹੜੀ ਗਿਲਟੀ ਕਰਾਰ ਦੇਣ ਤੋਂ ਬਾਅਦ ਸਜ਼ਾ ਹੁੰਦੀ ਹੈ ਸਸਪੈਂਸ਼ਨ ਮਾੜੀ ਡਿਸਪਲਾਈਨਡ ਫੋਰਸ ਦੇ ਵਿੱਚ ਆਮ ਹੁੰਦਾ ਹੈਗੇ ਇਹਨੂੰ ਕਰ ਦੋ ਸਸਪੈਂਡ ਹਾਂਜੀ ਹਾਂਜੀ ਅਸੀਂ ਰੋਜ਼ ਹੀ ਦੇਖਦੇ ਆ ਇੱਥੇ ਪੁਲਿਸ ਵਾਲੇ ਕਿੰਨੇ ਸਸਪੈਂਡ ਹੁੰਦੇ ਕਿੰਨੇ ਬਹਾਲ ਹੋ ਜਾਂਦੇ ਤੇ ਦਸਾਂ ਦਿਨ ਬਾਅਦ ਉਹ ਬੁੜਕੇ ਫਿਰ ਸੱਚੂ ਲੱਗੇ ਹੁੰਦੇ ਇਹ ਵਗੈਰਾ ਵਗੈਰਾ ਸੋ ਉਹਦੀ ਬੰਦੇ ਦੀ ਜਿਹੜੀ ਹੈ ਕੀਮਤ ਜਿਹੜੀ ਹੈ ਉਹਦੀ ਅਦਾ ਕਰਨੀ ਚਾਹੀਦੀ ਹੈ ਪੈਸੇ ਨਹੀਂ ਦੇਣੇ ਨਾਲ ਕਈ ਬੰਦੇ ਕਹਿੰਦੇ ਜੀ ਤਾਂ ਕਿ ਟਿਕਟ ਭਾਲਦਾ ਹੁਣ ਨਹੀਂ ਚਲੋ ਟਿਕਟ ਭਾਲਣ ਵਾਲੀ ਗੱਲ ਵੀ ਹੈ ਜੇ ਟਿਕਟ ਕੋਈ ਦੇਊਗਾ ਤਾਂ ਲੈ ਲੂਗਾ ਲੈ ਵੀ ਲੈ ਵੀ ਲੈ ਲੈ ਵੀ ਕਿੰਨੀ ਗੱਲ ਹੈ ਵੀ ਤਾਂ ਹੁਣ ਜੇ ਇੱਥੇ ਪਾਕਿਸਤਾਨ ਚੋਂ ਆ ਕੇ ਲੋਕ ਥੋੜਾ ਲੱਗ ਲੜਨਗੇ ਬਿਲਕੁਲ ਸਿਆਣੀ ਗੱਲ ਜੇ ਲੜਨਗੇ ਤਾਂ ਇਧਰ ਲਈ ਲੜਨਗੇ ਕੌਣ ਨਹੀਂ ਪਾਲਦਾ ਟਿਕਟ ਹਰ ਬੰਦੇ ਦੀ ਲੋੜ ਹੁੰਦੀ ਹੈ ਕਿ ਮੈਂ ਵੀ ਟਿਕਟ ਪਾਲਾਂ ਮੈਂ ਵੀ ਕੁਝ ਕਰਾਂ ਜੇ ਟਿਕਟ ਮਿਲਦੀ ਹੈ ਤਾਂ ਲੈਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਗੱਲ ਨਹੀਂ ਜੇ ਕੋਈ ਚੰਗਾ ਬੰਦਾ ਆ ਜਾਊਗਾ ਜੇ ਕੋਈ ਤਜਰਬੇਕਾਰ ਆ ਜਾਊਗਾ ਚੰਗੇ ਕੰਮ ਕਰੂਗਾ ਲੋਕ ਬਾਵਾ ਕਰਨਗੇ ਨਹੀਂ ਤਾਂ ਲੋਕ ਫਿਟੇਗਾ ਨਹੀਂ ਕਰਨਗੇ ਫਿਟੇ ਮੂਜਾ ਕਰਨਗੇ ਇਹ ਤਾਂ ਇਹ ਵਿਸ਼ਾ ਹੀ ਨਹੀਂ ਕਿ ਟਿਕਟ ਮੰਗਦਾ ਪੂਵਿਕਤੀ ਗੱਲ ਹੈ ਹਮ ਹਮ ਪੂਵਿਕਤੇ ਵਿੱਚ ਕੀ ਦੀ ਗੱਲ ਹੁਣ ਕੀ ਕਾਉਂਟ ਟਿਕਟ ਦੇਊਗਾ ਕਿਹਦੇ ਤੋਂ ਟਿਕਟ ਮੰਗੂਗਾ ਕੀ ਹੋਲ ਇਹ ਤਾਂ ਪਤਾ ਨਹੀਂ ਨਾ ਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂਗਾ ਇਹ ਹਾਲਾਤਾਂ ਦੀ ਗੱਲ ਹੁੰਦੀ ਹੈ ਲੇਕਿਨ ਉਹਦੀ ਜਿਹੜੀ ਹੈਗੀ ਹੈ ਜਿਹੜਾ ਉਹਨੇ ਉਸ ਮੌਕੇ ਦੇ ਉਤੇ ਲਖਮਿੰਦਰ ਸਿੰਘ ਜਾਖੜ ਨੇ ਹਾਲਾਤ ਨੂੰ ਸੰਭਾਲਿਆ ਪੰਜਾਬ ਨੂੰ ਬਿਲਕੁਲ ਮੈਂ ਕਹੂੰਗਾ ਵੀ ਬਲਦੀ ਅੱਗੇ ਮੂੰਹ ਦੇ ਵਿੱਚ ਸਿੱਟਣ ਦੀ ਗੱਲ ਸੀwidetilde ਨੂੰ ਵਾਪਸ ਖਿੱਚਿਆ ਸੀ ਇਹ ਕੋਈ ਵੱਡੀ ਬਹੁਤ ਵੱਡੀ ਪ੍ਰਾਪਤੀ ਦੇਣ ਹੈ ਪੱਕੇ ਸਾਈ ਜੀ ਬਿਲਕੁਲ ਤੇ ਹੁਣ ਟੱਲੋ ਸਭ ਬੜੀ ਹੈਰਾਨੀ ਹੁੰਦੀ ਹੈ ਕਿ ਅਮਿਤ ਸ਼ਾਹ ਨੂੰ ਹਰ ਕੋਈ ਪਾਰਟੀ ਚ ਬਾਸ ਕਹਿੰਦਾ ਮੈਂ ਪਹਿਲੀ ਵਾਰ ਹੀ ਸੁਣਿਆ ਕਿ ਪੋਲੀਟੀਕਲ ਪਾਰਟੀ ਦੇ ਵਿੱਚ ਵੀ ਬਾਸ ਹੁੰਦੇ ਨੇ ਉਹਦੇ ਕੋਲੇ ਕੋਈ ਜਾਣਦਾ ਗੱਲ ਕਰਦਾ ਸਮਾਂ ਨਹੀਂ ਸੀ ਹੁੰਦਾ ਤੇ ਹੁਣ ਹਾਲਾਤ ਇਹ ਨੇ ਕਿ ਜ਼ਿਲ੍ਹਾ ਪ੍ਰਧਾਨਾਂ ਤੱਕ ਵੀ ਮੀਟਿੰਗ ਹੋ ਰਹੀ ਹੈ ਦੇਖੋ ਦਨਿਹੜਿਆ ਸਾਹਿਬ ਜਿਹੜਾ ਕਿਸਾਨੀ ਸੰਕਟ ਹੈ ਜੀ ਇਹ ਸੰਕਟ ਛੋਟਾ ਨਹੀਂ ਹੈ ਹੂੰ ਇਹ ਸੰਕਟ ਬਹੁਤ ਵੱਟ ਹੈ ਇਹਨੂੰ ਅੰਡਰਐਸਟੀਮੀਟ ਕਰਕੇ ਨਾ ਦੇਖਿਆ ਜਾਵੇ ਬਿਲਕੁਲ ਜੀ ਇਹ ਸੰਕਟ ਕੀ ਰੂਪ ਅਖਤਿਆਰ ਕਰ ਲਵੇ ਇਹਦਾ ਅੰਦਾਜ਼ਾ ਜਿਹੜੇ ਰਾਜ ਭਾਗ ਦੇ ਵਿੱਚ ਬੈਠੇ ਹੈ ਉਹਨਾਂ ਨੂੰ ਹੋਣਾ ਚਾਹੀਦਾ ਜੀ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਨਿੱਕੀਆਂ ਨਿੱਕੀਆਂ ਜਿਹੜੀਆਂ ਹੈ ਡਿੱਕਾ ਜਾਂ ਕੰਡਾ ਵੱਜ ਜਾਂਦਾ ਹੈ ਜੇ ਅਸੀਂ ਆਪਣੇ ਜਿਸਮ ਨੂੰ ਨਾਸ ਵਾਲੀਏ ਕੰਡੇ ਵਾਲੀ ਜਗ੍ਹਾ ਨੂੰ ਠੀਕ ਤੀ ਕਰਾਉਂ ਕੰਡਾ ਨੂੰ ਨਾ ਕੱਢੀਏ ਤਾਂ ਉਹ ਕੰਡਾ ਵੀ ਕਦੇ ਭਿਆਨਕ ਨਸੂਰ ਬਣ ਜਾਂਦੇ ਜੀ ਜੇ ਅਸੀਂ ਪੰਜਾਬ ਦੀ ਜਦੋਂ ਦਾਸਤਾਂ ਦਾ ਜ਼ਿਕਰ ਕਰਦੇ ਆ ਸਾਡੇ ਸਾਹਮਣੇ ਆਉਂਦੀਆਂ ਅਸੀਂ ਤਾਂ ਆਪਣੇ ਅੱਖਾਂ ਨਾਲ ਦੇਖਿਆ ਵੈ ਹੂੰ ਹੂੰ ਕਿ ਇੱਕ ਨਿੱਕੀ ਜੀ ਗੱਲ ਸੀ ਜੀ ਨਿਰੰਗ ਕਾਰੀ ਅਮਰਸਰ ਜ਼ਿਲ੍ਹੇ ਦੇ ਵਿੱਚ ਸਮਾਗਮ ਕਰਦੇ ਸੀ ਉਹਨਾਂ ਨੂੰ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੂੰ ਹੂੰ ਸਿੱਖੇ ਸਮਝਦੇ ਸੀ ਕਿ ਨਿਰੰਕਾਰੀ ਮੁਖੀ ਹੈ ਜਿਹੜਾ ਉਹ ਜਿਹੜਾ ਆਪਣਾ ਪ੍ਰਚਾਰ ਪ੍ਰਸਾਰ ਕਰਦਾ ਉਹ ਸਿੱਖੀ ਸਿਧਾਂਤਾਂ ਦੇ ਮੁਤਾਬਕ ਨਹੀਂ ਸੀ ਕਿ ਸਿਧਾਂਤਾਂ ਦੀ ਉਲੰਘਣਾ ਹੈ ਜਾਂ ਸਿੱਖੀ ਨੂੰ ਛਟਿਆਉਣ ਦੀ ਗੱਲ ਕਰੀ ਜਾਂਦੀ ਇਹ ਉਹਨਾਂ ਦਾ ਇਲਜ਼ਾਮ ਸੀ ਹਮਮ ਔਰ ਉਹ ਇਹਦਾ ਵਿਰੋਧ ਕਰਦੇ ਸੀ ਆਮ ਤੌਰ ਤੇ ਆਪਾਂ ਦੇਖੇ ਕਈ ਵਾਰੀ ਹੁਣ ਬੰਦਸ਼ਾ ਲਾ ਦਿੰਦੇ ਆ ਪਾਬੰਦੀਆਂ ਲੱਗ ਜਾਂਦੀਆਂ ਜੀ ਕਿ ਇਧਰ ਦੀ ਜਲੂਸ ਨਹੀਂ ਕੱਢਣਾ ਅਗਲ ਨਹੀਂ ਕਰਨੀ ਵਗੈਰਾ ਵਗੈਰਾ ਪ੍ਰੋਟੈਸਟ ਹੋ ਜਾਂਦੇ ਆ ਜੀ ਪ੍ਰੋਟੈਸਟ ਨਹੀਂ ਕਰਨਦੇ ਨੇ ਤੁਹਾਨੂੰ ਸਾਰਾ ਕੁਝ ਸ਼ਾਇਦ ਸਰਕਾਰਾਂ ਕਰਦੀਆਂ ਕਾਦੇ ਆਸਤੇ ਕਿ ਲਾਅਨਡਾ ਆਰਡਰ ਖਰਾਬ ਨਾ ਹੋ ਗਏ ਜੀ ਬਿਲਕੁਲ لیکن اس ویلے اس ویلے دی سرکار نے 1978 دی گل ہے انہوں نے گંભીરتاں نو نوٹ نہیں سی کیتا ہمم تے گંભીરتاں نو نہ نوٹ کرن دا نتیجا ਹੋਇਆ ਸੀ ਕਿ پھر ایک ਖੂਨੀ ٹکر ہوئی جی تے اس خੂਨੀ ٹکر دے وچ 13 ਸਿੱਖ ਜਿਹੜੇ ਆ ਉਹ ਸ਼ਹੀਦ ਹੋਏ ਸੀ ਨਿਰੰਕਾਰ ਕਹਿੰਦਾ ਵੀ ਨੁਕਸਾਨ ਹੋਇਆ ਸੀ ہمم ਨਿਰੰਕਾਰੀ ਮੁਖੀ ਨੂੰ ਇਥੋਂ ਕੱਢਿਆ ਗਿਆ ਕੱਢਣ ਤੋਂ ਬਾਅਦ ਉਹ ਦਿੱਲੀ ਆਪਣੇ ਹੈੱਡ ਕੁਆਰਟਰ ਤੇ ਪਹੁੰਚ ਗਿਆ ਪਰਚਾ ਵੀ ਦਰਜ ਹੋਇਆ ਮਕਦਮਾ ਵੀ ਚੱਲਿਆ جی جی ਮਕਦਮਾ ਭਰੀ ਹੋ ਗਿਆ ਲੇਕਿਨ ਜਿਹੜਾ ਉਹ ਜ਼ਖਮ ਸੀ ਉਹ ਅਜੇ ਹਰ ਨਸੂਰ ਬਣਿਆ ਕਿ ਉਹਦੇ ਚਲਦੇ ਚਲਦੇ ਹਾਲਾਤ ਕਿੱਥੋਂ ਦੀ ਕਿੱਥੇ ਤੱਕ ਪਹੁੰਚ ਗਏ ਜੀ ਗੱਲ ਬੋਟ ਰਾਜਨੀਤੀ ਦੀ ਹੁੰਦੀ ਹੈ ਆਪਣੇ ਹਿੱਤਾਂ ਦੀ ਗੱਲ ਹੁੰਦੀ ਹੈ ਹਿੱਤਾਂ ਦੀ ਪੂਰਤੀ ਕਰਦਿਆਂ ਕਰਦਿਆਂ ਇੰਦਰਾ ਗਾਂਧੀ ਕੁਝ ਅਜਿਹੇ ਫੈਸਲੇ ਲੈ ਬੈਠੀ ਜਿਹੜੇ ਨਹੀਂ ਸਿਲੇ ਜੀ ਔਰ ਉਹਨਾਂ ਫੈਸਲਿਆਂ ਦਾ ਨਤੀਜਾ ਕੀ ਹੋਇਆ ਕਿ ਆਪਰੇਸ਼ਨ ਬਲੂ ਸਟਾਰ ਪੰਜਾਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਧਰਮਜੋਦ ਮੋਰਚਾ ਉੱਠਿਆ ਸੀ ਪੰਜਾਬ ਦੇ ਨਾਲ ਜਿਹੜੀਆਂ ਜ਼ਇਤੀਆਂ ਹੋਈਆਂ ਸੀ ਉਹ ਉਹਦੇ ਵਿੱਚ ਆਈਆਂ ਸੀ ਉਹਨਾਂ ਨੂੰ ਨਜ਼ਰਅੰਦਾਜ਼ ਕਰਦਿਆਂ 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 ਅਖੀਰ ਹਾਲਾਤ ਇਹ ਬਣ ਗਏ ਜੀ ਕਿ ਸਥਿਤੀ ਬੇਕਾਬੂ ਹੋ ਗਈ ਹਮਮ ਔਰ ਉਸ ਬੇਕਾਬੂ ਦੇ ਮਾਮਲੇ ਵਿੱਚ ਹੋਇਆ ਇਹ ਕਿ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕਰਤਾ ਤੇ ਕੁਝ ਮਹੀਨੇ ਬਾਅਦ ਹੀ ਇੰਦਰਾ ਗਾਂਧੀ ਦਾ ਕਤਲ ਉਹਦੇ ਅੰਗਰਖ ਕੰਦੇ ਹਟੋ ਹੋ ਗਿਆ ਜੀ ਹੁਣ ਜਦੋਂ ਇੰਦਰਾ ਗਾਂਧੀ ਨੂੰ ਖਤਮ ਹੋਇਆ ਬਹੁਤ ਲੰਬਾ ਸਮਾਂ ਹੋ ਗਿਆ ਜੀ ਅਸੀਂ ਦੇਖਦੇ ਹਾਂ ਕਿ ਕਿਤਾਬ ਦਾ ਜ਼ਿਕਰ ਆਪਾਂ ਬਾਰ-ਬਾਰ ਕਰਦੇ ਹਾਂ ਮਾਈ ਕੰਟਰੀ ਮਾਈ ਲਾਈਫ ਉਹਦੇ ਵਿੱਚ ਲਾਲ ਕ੍ਰਿਸ਼ਨ ਅਰਵਾਨੀ ਜੀ ਕਹਿੰਦੇ ਕਿ ਇੰਦਰਾ ਗਾਂਧੀ ਆਪਰੇਸ਼ਨ ਬਲੂ ਸਟਾਰ ਕਰਨ ਤੋਂ ਰਿਤਦੀ ਸੀ ਜੀ ਉਹ ਚਾਹੁੰਦੀ ਨਹੀਂ ਸੀ ਇਹ ਕਰਨਾ ਲੇਕਿਨ ਅਸੀਂ ਪ੍ਰੈਸ਼ਰ ਬਿਲਡ ਕਰਕੇ ਮੈਂ ਤੇ ਮੇਰੀ ਪਾਰਟੀ ਨੇ ਉਹਦੇ ਤੋਂ ਇਹ ਕੰਮ ਕਰਵਾਇਆ ਹੁਣ ਮੈਨੂੰ ਇਹ ਉਹ ਲੱਗਦਾ ਕਿ ਅਸੀਂ ਸ਼ਾਇਦ ਉਸ ਪਾਸੇ ਵੱਲ ਨੂੰ ਬਾਦਲ ਜੀ ਉਹੀ ਪੰਜਾਬ ਹੈ ਉਹੀ ਪੰਜਾਬ ਦੇ ਜਜ਼ਬਾਤ ਹੈ ਹਮ ਹਮ ਪੰਜਾਬ ਦੇ ਕਿਸਾਨ ਦਾ ਜਿਹੜਾ ਮਿੱਟੀ ਨਾਲ ਮੋਹ ਹੈ ਜੀ ਉਹ ਉਹਦਾ ਮਤਲਬ ਆਪਣੀ ਦੂਜੀ ਮਾਂ ਹੈ ਹਮ ਹਮ ਉਹਨੂੰ ਮਿੱਟੀ ਨਾਲੋਂ ਤੋੜੋਂਗੇ ਤਾਂ ਇਹਦਾ ਮਤਲਬ ਹੈ ਕਿ ਗੜਬੜ ਹੁੰਦੀ ਹੈ ਜੀ ਪੰਜਾਬ ਦੇ ਕਿਸਾਨਾਂ ਦੇ ਦਿਮਾਗ ਦਾ ਹਿੱਸਾ ਬਣ ਗਿਆ ਕਿ ਜਿਹੜੇ ਤਿੰਨ ਕਾਨੂੰਨ ਬਣੇ ਹਨ ਹੂੰ ਹੂੰ ਇਹਨਾਂ ਤਿੰਨਾਂ ਕਾਨੂੰਨਾਂ ਦੇ ਜਰੀਏ ਸਾਡੀ ਜਿਹੜੀ ਹੋਂਦ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਸਾਡਾ ਜਿਹੜਾ ਕਿਸਾਨੀ ਵਾਲਾ ਰੁਤਬਾ ਉਹ ਖੋਇਆ ਜਾ ਰਿਹਾ ਹੈ ਜੀ ਜੀ ਮਤਲਬ ਜਿਹੜੀ ਮਾਲਕੀ ਹੈ ਮਾਲਕੀ ਦੀ ਇੱਕ ਚੀਜ਼ ਇਹ ਜਿਹੜੀ ਤੁਹਾਡੇ ਕੋਲ ਪਹਿਨਾ ਤੁਹਾਨੂੰ ਜਦੋਂ ਇਹ ਅਹਿਸਾਸ ਹੋ ਜੇ ਨਾ ਕਿ ਮੇਰਾ ਪੈਨ ਮੈਥੋਂ ਖੋਇਆ ਜਾਣਾ ਹੈ ਤੁਸੀਂ ਕਿਸੇ ਹੱਦ ਤੱਕ ਵੀ ਜਾ ਸਕਦੇ ਬਿਲਕੁਲ ਜੀ ਹੁਣ ਕਿਸਾਨ ਦੇ ਕੋਲੇ ਜ਼ਮੀਨ ਭਾਵੇਂ ਇੱਕ ਕਨਾਲ ਹੋਵੇ ਜਦੋਂ ਉਹਨਾਂ ਨੂੰ ਇਹ ਲੱਗੇ ਕਿ ਉਹਦੀ ਜ਼ਮੀਨ ਖੁੱਸ ਜਾਣੀ ਹੈ ਛੋਟੇ ਛੋਟੇ ਬੱਚਿਆਂ ਨਾਲ ਗੱਲ ਕਰਕੇ ਦੇਖੋ ਦਿੱਗੇ ਜੀ ਇੱਥੇ ਬੈਠੇ ਐ ਹਰ ਇੱਕ ਦੇ ਦਿਮਾਗ ਦੇ ਵਿੱਚ ਇਹ ਕਿ ਸਾਡੀ ਜ਼ਮੀਨ ਖੋਹ ਕੇ ਕਾਰਪੋਰੇਟ ਕਰਾਉਣੇ ਦੇ ਸਪਰਸ਼ ਕਰ ਦਿੱਤੀ ਜਾਊਗੀ ਹੂੰ ਹੂੰ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਅਜਿਹੀ ਗੱਲ ਨਹੀਂ ਉਹ ਕਹਿੰਦੇ ਕਿਹਾ ਜਾਂਦਾ ਹੈ ਕਿ ਕਾਨੂੰਨ ਸਾਡੇ ਹੱਕ 'ਚ ਬਣਾਏ ਜਾ ਰਹੇ ਸਾਨੂੰ ਲੋੜ ਨਹੀਂ ਨਾ ਕਰਨ ਉਹਨਾਂ ਦੀ ਜੇ ਤਾਂ ਸਾਨੂੰ ਲੋੜ ਨਹੀਂ ਤੇ ਕਾਨੂੰਨ ਕਿਉਂ ਬਣਾਏ ਗਏ ਹੈ ਤੇ ਸਰਕਾਰ ਕੋਲ ਇਕੋ ਹੀ ਹੈ ਜੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ ਉਹ ਕਹਿੰਦੇ ਸਾਨੂੰ ਸਾਡੇ ਹਾਲ ਤੇ ਰਹਿਣ ਦਿਓ ਜੀ ਸਾਡੇ ਤੇ ਰਹਿਮ ਕਰੋ ਸਾਡੀ ਆਮਦਨ ਦੁੱਗਣੀ ਦੀ ਕੋਈ ਲੋੜ ਨਹੀਂ ਹੂੰ ਹੂੰ ਪਰ ਉਹ ਕਹਿੰਦੇ ਨਹੀਂ ਜੀ ਇਸ ਤਿਆ ਕਰਾਂਗੇ ਇਹ ਫਾਰਮੂਲਾ ਹੈ ਜੀ ਇਹਦਾ ਨਤੀਜਾ ਹੈ ਕਿ ਜਿਸ ਕਿਸਮ ਦਾ ਪ੍ਰੋਟੈਸਟ ਪੰਜਾਬ ਦੇ ਵਿੱਚ ਹੋ ਰਿਹਾ ਹੈ ਹੂੰ ਹੂੰ ਔਰ ਪੰਜਾਬ ਤੋਂ ਬਾਹਰ ਨਿਕਲ ਕੇ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਹੁਣ ਇਹ ਦੇਸ਼ ਭਰ ਤੱਕ ਫੈਲ ਗਿਆ ਜੀ ਇਸ ਪ੍ਰੋਟੈਸਟ ਦਾ ਅੰਦਾਜ਼ਾ ਨਾ ਤਾਂ ਕਦੇ ਪ੍ਰਬੰਧ ਕਰਨੇ ਲਾਇਆ ਸੀ ਜੀ ਪ੍ਰਬੰਧਕਾਂ ਨੂੰ ਵੀ ਨਹੀਂ ਸੀ ਪਤਾ ਕਿ ਸਾਨੂੰ ਐਡਾ ਸਮਰਥਨ ਮਿਲ ਜੂਗਾ ਮਿਲ ਜੂਗਾ ਔਰ ਨਾਈ ਇਹਦਾ ਦੀ ਰਹਿਜਾ ਅੰਦਾਜ਼ਾ ਕੇਂਦਰ ਸਰਕਾਰ ਨੇ ਲਾਇਆ ਸੀ ਜੀ ਇਹ ਗੱਲ ਇਹ ਤੋ ਤੱਕ ਬੱਜੂਗੀ ਹੁਣ ਤੁਸੀਂ ਇਹ ਦੇਖੋ ਕਿਸੇ ਪਿੰਡ ਦੇ ਵਿੱਚ ਨਿਗਾਹ ਮਾਰ ਕੇ ਦੇਖ ਲੋ ਹਰ ਪਿੰਡ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਲੋਕ ਗਏ ਆ ਔਰ ਜਾ ਰਹੇ ਆ ਜਾ ਰਹੇ ਆ ਘੱਟ ਰਹੀਆਂ ਜਾ ਵੱਧ ਰਹੀਆਂ ਜਾ ਵੱਧ ਰਹੀਆਂ ਦੂਰੀਵਾਰੀ ਨਾਕੇਬੰਦੀ ਕਰਨੀ ਪੈਗੀ ਹਰਿਆਣਾ ਸਰਕਾਰ ਨੂੰ ਦੂਰੀਵਾਰੀ ਨਾਕੇਬੰਦੀ ਕਰਨੀ ਪੈਗੀ ਔਰ ਇਹਦੇ ਤੋਂ ਪਤਾ ਲੱਗਦਾ ਕਿ ਲੋਕਾਂ ਦੇ ਲਈ ਇਹ ਇੱਕ ਇਹ ਅਜੀਹਾ ਇੱਕ ਅੰਦੋਲਨ ਹੈ ਜੀ ਜਿਹੜੇ ਅੰਦੋਲਨ ਨੂੰ ਅਸੀਂ ਕਹਿ ਸਕਦੇ ਹਾਂ ਕਿ ਆਜ਼ਾਦੀ ਤੋਂ ਪਹਿਲਾਂ ਤਾਂ ਜ਼ਰੂਰ ਹੋਏ ਹੋਣਗੇ ਆਜ਼ਾਦੀ ਤੋਂ ਬਾਅਦ ਕੋਈ ਅਜਿਹਾ ਅੰਦੋਲਨ ਨਹੀਂ ਹੋਇਆ ਜੀ ਔਰ ਇਹ ਅੰਦੋਲਨ ਹੋਇਆ ਜਿਹਨੂੰ ਰਾਜਨੀਤੀ ਦਾ ਗ੍ਰੈਂਡ ਨਹੀਂ ਲੱਗਣ ਦਿੱਤਾ ਜਾ ਰਿਹਾ ਹੂੰ 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 ਰਾਜਨੀਤੀ ਤੋਂ ਦੂਰ ਕੀਤਾ ਜਾ ਰਿਹਾ ਹੈ ਜੀ ਲੀਡਰਸ਼ਿਪ ਜਿਹੜੀ ਐ ਇੰਨੀ ਜਿਹੜੀ ਐ ਸੋਹਰਦ ਤੇ ਇੰਨੀ ਸਿਆਣੀ ਹੈ ਕਿ ਜੇ 35 40 ਜਥੇਬੰਦਗੇ ਜੇ ਕਿਸੇ ਜਥੇਬੰਦੀ ਦੀ ਕੋਈ ਕਾਰਵਾਈ ਚੁਪਦੀ ਹੈ ਤਾਂ ਦੂਜੀਆਂ ਜਥੇਬੰਦੀਆਂ ਨਾਲ ਦੀ ਨਾਲ ਉਹਨੂੰ ਬੋਚ ਲੈਂਦੇ ਗਏ ਜੀ ਕਿ ਇਹ ਗੱਲ ਐ ਨਹੀਂ ਜੀ ਇਹ ਗੱਲ ਐ ਨਹੀਂ ਔਰ ਵੱਡੀ ਗੱਲ ਇਹ ਹੈ ਕਿ ਜਿਹੜਾ ਬਦਨਾਮ ਕਰਨ ਵਾਸਤੇ ਬੜਾ ਟਿੱਲ ਲਾਇਆ ਗਿਆ ਇਹਨਾਂ ਕੋਲੋਂ ਜੀ ਪੈਸੇ ਕਿੱਥੋਂ ਆ ਗਏ ਜੀ ਹਾਂ ਇਹਨਾਂ ਦੇ ਕੋਲੇ ਜੀ ਲੰਗਰ ਲੱਗਦੇ ਆ ਜੀ ਉੱਥੇ ਕੜਾ ਪ੍ਰਸ਼ਾਦ ਬਣਦੇ ਉਹਦੇ ਤੇ ਫਲਾਨਾ ਜੀ ਇਹਨਾਂ ਕੋਲੇ ਪੈਸੇ ਕਿੱਥੋਂ ਆ ਗਏ ਮੈਨੂੰ ਇੱਕ ਬੰਦੇ ਦੀ ਬੜੀ ਸਿਆਣੀ ਗੱਲ ਲੱਗੀ ਮੈਂ ਇੱਕ ਹਿੰਦੂ ਭਰਾ ਦੀ ਸੁਣ ਰਿਹਾ ਸੀਗਾ ਵੀਡੀਓ ਉਹਨੇ ਬਹੁਤ ਵੱਡੀ ਗੱਲ ਕਹੀ ਆ ਉਹ ਕਹਿੰਦਾ ਕੇਦਾਰਨਾਥ ਵਾਲਾ ਜਦੋਂ ਹਾਦਸਾ ਹੋਇਆ ਹੂੰ ਹੂੰ ਉੱਥੇ ਵੀ ਤਾਂ ਸਿੱਖਾਂ ਨੇ ਜਾ ਕੇ ਲੰਗਰ ਲਾਇਆ ਸੀ ਉੱਥੋਂ ਪੈਸਾ ਉਦੋਂ ਪੈਸਾ ਕਿੱਥੋਂ ਆ ਗਿਆ ਜੀ ਹਾਂ ਉਦੋਂ ਨਾ ਪੁੱਛਿਆ ਕੋਰੋਨਾ ਕੋਰੋਨਾ ਵੇਲੇ ਜਦੋਂ ਸਾਰਾ ਬੁਰਾ ਹਾਲ ਹੋ ਗਿਆ ਸੀ ਉਸ ਵੇਲੇ ਵੀ ਲੰਗਰ ਲਾਇਆ ਸੀ ਤਾਂ ਤਾਂ ਤੇ ਉਦੋਂ ਨਾ ਕਿਸੇ ਨੇ ਪੁੱਛਿਆ ਹੂੰ ਹੂੰ ਦੁਨੀਆਂ ਦੇ ਵਿੱਚ ਜਿੱਥੇ ਵੀ ਕਿਤੇ ਮੁਸੀਬਤ ਪੈਂਦੀ ਹੈ ਸੀਰੀਆ ਦੇ ਵਿੱਚ ਕੀ ਕੁਝ ਹੋਇਆ ਸੀ ਹੂੰ ਹੂੰ ਅਰਵੀ ਸਿੰਘ ਹੋਣਾ ਨੇ ਜਾ ਕੇ ਉੱਥੇ ਖਾਲਸਾ ਏਡ ਵੱਲੋਂ ਜਿਹੜੇ ਹੈਗੇ ਕੈਂਪ ਲਾਇਏ ਸੀ ਉਦੋਂ ਨਾ ਕਿਸੇ ਨੇ ਪੁੱਛਿਆ ਜੀ ਜੀ ਹੁਣ ਤਾਂ ਉਹਨਾਂ ਦੀ ਆਪ ਦੀ ਗੱਲ ਹੈ ਉਹਨਾਂ ਦਾ ਭਾਈਚਾਰਾ ਬਾਕੀ ਜਿਹਾ ਸੀ ਦੇਖੀ ਜਿਹੜੀ ਜਿਹੜੀ ਪਛਾਣ ਹੈ ਪੰਜਾਬ ਦੇ ਕਿਸਾਨ ਦੀ ਪਛਾਣ ਜਿਹੜੀ ਹੈਗੀ ਹੈ ਕੋਈ ਮੰਤਰੀ ਪਛਾਣੇ ਹੂੰ ਹੂੰ ਕਿਉਂਕਿ ਜੇ ਪੰਜਾਬ ਦੇ ਕਿਸਾਨ ਦਾ ਇੱਕ ਪਿੰਡ ਇੱਕ ਬੰਦਾ ਕੁਦੇ ਪਿੰਡ ਦੇ ਵਿੱਚ ਬੈਠਾ ਤੇ ਉਹਨਾਂ ਦੇ ਚਾਰ ਬੰਦੇ ਵਿਦੇਸ਼ਾਂ 'ਚ ਵੀ ਬੈਠੇ ਵਿਦੇਸ਼ਾਂ 'ਚ ਵੀ ਬੈਠੇ ਬਿਲਕੁਲ ਨਹੀਂ ਔਰ ਮੇਰੇ ਖਿਆਲ ਮੁਤਾਬਕ ਪਹਿਲਾ ਪਹਿਲਾ ਅੰਦੋਲਨ ਇਹ ਜ ਹੈ ਦੁਨੀਆ ਦੇ ਵਿੱਚ ਹੋਇਆ ਵਾ ਕਿ ਜਿਹੜੀ ਪੀੜ ਪੰਜਾਬ ਦੇ ਵਿੱਚ ਹੋ ਰਹੀ ਹੈ ਉਹਦਾ ਦਰਦ ਮਹਿਸੂਸ ਵਿਸ਼ਿੰਗਟਨ ਡੀਸੀ ਦੇ ਵਿੱਚ ਵੀ ਹੋਇਆ ਉਹਦਾ ਲੰਡਨ ਵੀ ਹੋਇਆ ਤੇ ਉਹਦਾ ਮਤਲਬ ਜਿਹੜਾ ਹੈਗਾ ਔਰ ਵਾਚ ਵੀ ਹੋਏ ਜੀ ਲੋਕਾਂ ਨੇ ਉੱਥੇ ਮੁਜਾਰੇ ਕੱਢੇ ਕਿਹੜਾ ਵੱਡਾ ਸ਼ਹਿਰ ਹੈ ਅਮਰੀਕਾ ਕੈਨੇਡਾ ਇੰਗਲੈਂਡ ਦਾ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਐਡੇ ਡੀ ਪ੍ਰੋਟੈਸਟ ਨਹੀਂ ਹੋਏ ਸੋ ਹੁਣ ਹਾਲਤੇ ਬਣੀ ਵੀ ਹੈ ਕਿ ਜਿਹੜੇ ਬਹੁਤ ਸਾਬ ਹੈ ਜੀ ਉਹਨੂੰ ਪਤਾ ਲੱਗਿਆ ਕਿ ਕੀ ਸਥਿਤੀ ਹੱਥੋਂ ਨਿਕਲਦੀ ਜਾ ਰਹੀ ਹੈ ਔਰ ਮੈਂ ਰੇਡੀਓ ਪੰਜਾਬ ਟੂਡੇ ਦੇ ਪਲੇਟਫਾਰਮ ਤੋਂ ਅੱਜ ਇੱਕ ਚੇਤਾਵਨੀ ਵੀ ਦੇਣੀ ਚਾਹਣਾ ਤੇ ਬੇਨਤੀ ਵੀ ਕਰਨੀ ਚਾਹਣਾ ਭਾਰਤ ਸਰਕਾਰ ਨੂੰ ਜੀ ਸਥਿਤੀ ਬੇਹੱਦ ਨਾਜ਼ੁਕ ਹੈ ਬਹੁਤ ਨਾਜ਼ੁਕ ਹੈ ਸਥਿਤੀ ਬੇਹੱਦ ਨਾਜ਼ੁਕ ਹੈ ਇਹ ਨਾ ਹੋਵੇ ਕਿ ਤੁਹਾਡੀ ਤੁਹਾਡੀ ਜਿਹੜੀ ਹੈਗੀ ਅਨਗਹਿਲੀ ਤੁਹਾਡੀ ਜਿਹੜੀ ਹੈਗੀ ਐ ਵੋਟ ਬਟੋਰਨ ਵਾਲੀ ਰਾਜਨੀਤੀ ਤੁਹਾਡੀ ਜਿਹੜੀ ਹੈਗੀ ਐ ਕਾਰਪੋਰੇਟ ਘਰਾਣਿਆਂ ਨੂੰ ਦੁੱਧ ਚੰਗਾਉਣ ਵਾਲੀ ਪਾਲਿਸੀ ਕਿਤੇ ਨਾ ਹੋ ਜੇ ਪੰਜਾਬ ਤੇ ਇਸ ਦੇਸ਼ ਨੂੰ ਬਰਬਾਦ ਕਰ ਦੇ। ਢਿੱਲੋ ਸਾਹਿਬ ਅਜੇ ਤਸਵੀਰ ਆ ਰਹੀ ਹੈ ਇੱਕ ਫੌਜੀ ਨੌਜਵਾਨ ਤਖਤੀ ਲੈ ਕੇ ਸਟੇਜ ਤੇ ਚੜ ਗਿਆ। ਪਰ ਕਿੰਨੀ ਸੱਚੀ ਹੈ ਕਿੰਨੀ ਕਿ ਝੂਠੀ ਹੈ ਉਹਦਾ ਰੱਬ ਜਾਣਦਾ ਹੈ। ਨਹੀਂ ਸਾਨੂੰ ਉਹਦੇ 'ਚ ਨਹੀਂ ਪੈਣਾ। ਨਹੀਂ ਪੈਣਾ ਚਾਹੀਦਾ। ਨਹੀਂ ਪੈਣਾ ਨਹੀਂ ਚਾਹੀਦਾ ਸੀ। ਮੇਰੇ ਵੀ ਧਿਆਨ 'ਚ ਆ ਪਰ ਆਪਾਂ ਨੂੰ ਨਹੀਂ ਇਹ ਪੈਣਾ ਚਾਹੀਦਾ। ਪਤਾ ਨਹੀਂ ਕਈ ਵਾਰੀ इमोशनल ਕੀ ਗੱਲਬਾਤ ਕੀ ਗੱਲਬਾਤ ਕਰ ਜਾਂਦੇ ਆ। ਪਰ ਗੱਲ ਇਹ ਹੈ ਢਿੱਲੋ ਸਾਹਿਬ ਜਿਹੜੀ ਗੱਲ ਕੈਪਟਨ ਅਭਿੰਦਰ ਸਿੰਘ ਦੇ ਬਿਆਨ ਨੂੰ ਤਰੋੜ ਮਰੋੜ ਕੇ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅੱਜ ਮੈਂ ਇੱਕ ਮੁੰਡਾ ਪੱਤਰਕਾਰ ਭਾਵੇਂ ਬਾਲਾ ਵੱਡਾ ਨਹੀਂ ਵਿਚਾਰਾ ਕੈਮਰਾਮੈਨਾ ਉਹਨੇ ਲਿਖਿਆ ਕਹਿੰਦਾ ਜੀ ਆ ਜਿਹੜੇ ਕੱਚ ਘੜ ਜੇ ਕਹਿੰਦਾ ਇਹਨਾਂ ਦੇ ਆਈ ਕਾਰਡ ਤਾਂ ਚੈੱਕ ਕੀਤੇ ਜਾਣ ਹਰ ਗੱਲ ਨੂੰ ਬਾਹਰ ਦੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਹੁਣ 90% ਸੋਸ਼ਲ ਮੀਡੀਆ ਤੇ ਡਿਪੈਂਡੈਂਟ ਹੈ ਪੱਤਰਕਾਰੀ ਦੇ ਹਿਸਾਬ ਨਾਲ ਹਰ ਕੋਈ ਆਪ ਦੀਆਂ ਆਪ ਦੇ ਅਰਥ ਕੱਢਦਾ ਹੈ ਬਿਲਕੁਲ ਹੁਣ ਇੱਕ ਮੈਂ ਕਹਿ ਰਿਹਾ ਕਿ ਭਾਈ ਧਿਆਨ ਰੱਖੋ ਅੱਗੇ ਅੱਗ ਹੈ ਹੂੰ ਹੂੰ ਅੱਗ ਲੱਗ ਸਕਦੀ ਹੈ ਉਹਨੂੰ ਤੁਸੀਂ ਤੋੜ ਮਰੋੜ ਕੇ ਹੁਣ ਕੈਪਟਨ ਬੰਦਰ ਸਿੰਘ ਨੇ ਜੇ ਕਮੇਦ ਸ਼ਾਨ ਉਹ ਇਹ ਗੱਲ ਕਹਤਾ ਕਿ ਭਾਰਤ ਲਈ ਬੜਾ ਵੱਡਾ ਖਤਰਾ ਪੈਦਾ ਹੋ ਸਕਦਾ ਉਹ ਸੰਘਰਸ਼ਸ਼ੀਲ ਥੋੜਾ ਪੈਦਾ ਹੋਣਗੇ ਵੀ ਉਹਨਾਂ ਨੇ ਜਾ ਕੇ ਤੇਰੀ ਉੱਥੇ ਕੁਰਸੀ ਨੂੰ ਅੱਗ ਲਾ ਦੇਣੀ ਹੈ ਪਰ ਮਤਲਬ ਕੀ ਹੁੰਦਾ ਉਹਦੇ ਪਿਛਲਾ ਮਤਲਬ ਜਿਹੜਾ ਹੁੰਦਾ ਉਹ ਗੱਲਾਂ ਹੁੰਦੀਆਂ ਉਹਦੇ ਅਰਥ ਹੁੰਦੇ ਨੇ ਕਈ ਗੱਲਾਂ ਦੇ ਨਹੀਂ ਉਹ ਉਹਨੇ ਬੜਾ ਸਪਸ਼ਟ ਕੀਤਾ ਉਹਨੇ ਪਹਿਲਾਂ ਵੀ ਸਪਸ਼ਟ ਕੀਤਾ ਬਾਅਦ ਵਿੱਚ ਵੀ ਸਪਸ਼ਟ ਕੀਤਾ ਉਹਦਾ ਅੱਜ ਸ਼ਰੀਆ ਵਿੱਚ ਗੱਲ ਕਰ ਰਹੇ ਕਿ ਜੇ ਤੁਸੀਂ ਪੰਜਾਬ ਦੀ ਇਸ ਸਮੱਸਿਆ ਨੂੰ ਹੱਲ ਨਾ ਕਰੋਗੇ ਜੀ ਪੰਜਾਬ ਦਾ ਨੌਜਵਾਨ ਬੇਚਿਆ ਨੂੰ ਹੋਇਆ ਵੇ ਹੂੰ ਹੂੰ ਪੰਜਾਬ ਦਾ ਨੌਜਵਾਨ ਜਿਸ ਨੌਜਵਾਨ ਨੂੰ ਨਸ਼ੇੜੀ ਕਿਹਾ ਜਾਂਦਾ ਸੀ ਉਸ ਨੌਜਵਾਨ ਨੇ ਜਦੋਂ ਐਡੇ-ਐਡੇ ਬਲਡੋਜਰਾਂ ਰਾਹੀਂ ਜਿਹੜੇ ਤੁਹਾਡੇ ਕਰੇਨਾ ਰਾਹੀਂ ਰੱਖੇ ਹੋਏ ਪੱਥਰ ਪੱਥਰ ਉਹ ਚੱਕ ਤੇ ਉਹ ਚੱਕ ਚੱਕ ਕੇ ਮਾਰੇ ਜਿਵੇਂ ਚਲਾ ਕੇ ਮਾਰੀ ਦਾ ਕਾਗਜ਼ ਦਾ ਟੁਕੜਾ ਮਾਰੀ ਦਾ ਉਦੋਂ ਪਤਾ ਲੱਗ ਗਿਆ ਕਿ ਉਹਨਾਂ ਦੇ ਵਿੱਚ ਜਾਨ ਕਿੰਨੀ ਹੈ ਉਹਨਾਂ ਦਾ ਬਾਹੂਬਲ ਕਿੰਨਾ ਹੈ ਹਾਂ ਹਾਂ ਅਸੀਂ ਚੀਨ ਦੇ ਨਾਲ ਸਾਡੀ ਗੱਲਬਾਤ ਚੱਲਦੀ ਹੈ ਬਿਲਕੁਲ ਜੀ ਪਾਕਿਸਤਾਨ ਦੇ ਨਾਲ ਸਾਡੀ ਦੁਸ਼ਮਣੀ ਹੈ ਕੀ ਅਸੀਂ ਪਾਕਿਸਤਾਨ ਦੇ ਅੰਦਰ ਕੋਈ ਘੱਟ ਕਰਦੇ ਹਾਂ ਜਦੋਂ ਸਾਡੀ ਸਾਡੇ ਸਾਡਾ ਦਾ ਲੱਗਦਾ ਬਿਲਕੁਲ ਹੂੰ ਹੂੰ ਮੋਨ ਲਾਲ ਪਾਸ ਕਰ ਹੈ ਹੂੰ ਹੂੰ ਮੋਨ ਲਾਲ ਪਾਸ ਕਰ ਇੱਕ ਵਿਅਕਤੀ ਹੁੰਦਾ ਸੀ ਫਿਰੋਜ਼ਪੁਰ ਦਾ ਜੀ ਉਹਦੀ ਇੱਕ ਕਿਤਾਬ ਹੈ ਮੈਂ ਵੀ ਪਾਕਿਸਤਾਨ ਦੇ ਵਿੱਚ ਭਾਰਤ ਦਾ ਜਸੂਸੀ ਉਹਦੇ ਵਿੱਚੋਂ ਕੀ ਨਹੀਂ ਗੱਲ ਕਰਦਾ ਤੁਸੀਂ ਬਾਕੀ ਗੱਲਾਂ ਛੱਡੋ ਅਜੀਤ ਡੁਵਾਲ ਦੀਆਂ ਤੁਸੀਂ ਕੱਢ ਕੇ ਦੇਖੋ ਮਾਰੋ ਤੁਸੀਂ YouTube ਦੇ ਉੱਤੇ ਮਾਰੋ ਅਜੀਤ ਡੁਵਾਲ ਦੀ ਹਿਸਟਰੀ ਕੱਢ ਕੇ ਦੇਖੋ ਅਜੀਤ ਡੁਵਾਲ ਨੇ ਕੀ ਪਾਕਿਸਤਾਨ ਦੇ ਵਿੱਚ ਨਹੀਂ ਜਾਂਦਾ ਰਿਹਾ ਹੂੰ ਹੂੰ ਉੱਥੇ ਜਸੂਸੀ ਨਹੀਂ ਕਰਦੇ ਰਿ ਇਹ ਸਾਰਾ ਕੁਝ ਹੁੰਦਾ ਹੈ ਜੇ ਅਸੀਂ ਕਸਰ ਨਹੀਂ ਛੱੜਦੇ ਕਸਰ ਉਹ ਵੀ ਨਹੀਂ ਛੱੜਦੇ ਜੀ ਕਸਰ ਚੀਨ ਵਾਲੇ ਵੀ ਨਹੀਂ ਛੱਡਣਗੇ ਜੇ ਅਸੀਂ ਉਹਨਾਂ ਨੂੰ ਮੈਟਰ ਮੁਹੱਈਆ ਕਰਾਂਗੇ ਜੇ ਅਸੀਂ ਉਹਨਾਂ ਨੂੰ ਮਸੱਲਾ ਮੁਹੱਈਆ ਕਰਾਂਗੇ ਤਾਂ ਅਗਲੇ ਸੰਭਾਲਣਗੇ ਫਿਰ ਉਹ ਚਲਾਉਣਗੇ ਚਲਾਉਣਗੇ ਕੀ ਦਾ ਨਹੀਂ ਜੀ ਕਰਦਾ ਇਹ ਇਹ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਦੀ ਗੱਲ ਨਹੀਂ ਤਾਂ ਹਰ ਬੰਦਾ ਜਾਣਦਾ ਆਪਾਂ ਦੇਖਿਆ ਉਸ ਵੇਲੇ ਦੇਖਿਆ ਜੇ ਅਸੀਂ ਇਹ ਕਹਿੰਦੇ ਆ ਕਿ ਜੀ ਆਈਐਸਆਈ ਨੇ ਦਖਲ ਦਿੱਤਾ ਹੂੰ ਹੂੰ ਆਈਐਸਆਈ ਨੇ ਦਖਲ ਕਿਉਂ ਦਿੱਤਾ ਜੇ ਦਖਲ ਦੇ ਹਾਲਾਤ ਅਸੀਂ ਬਣਾਈ ਆਈਐਸਆਈ ਨੇ ਕਿਹਾ ਅਸੀਂ ਸਰੂ ਤੁਸੀਂ ਆਪਰੇਸ਼ਨ ਬਲੂ ਸਟਾਰਟ ਕਰੋ ਜੀ ਆਈਐਸ ਆਈ ਨੇ ਕਹਿਆ ਸੀ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਤੁਸੀਂ ਇਤੇਂਦਰ ਗੜਬੜ ਕਰੋ ਹੂੰ ਹੂੰ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਅੱਜ ਜੋ ਮਰਜੀ ਆ ਕਹੀ ਜਾ ਜੀ ਲੇਕਿਨ ਤੁਸੀਂ ਉਹ ਟਾਈਮ ਯਾਦ ਕਰੋ ਜਦੋਂ ਰਾਜੀਵ ਗਾਂਧੀ ਨੇ ਵੀ ਕਹਿਆ ਸੀ ਉਹ ਤਾਂ ਇੱਕ ਵਿਚਾਰਾ ਸੰਤ ਹੈ ਹੂੰ ਹੂੰ ਇਹ ਰਾਜੀਵ ਗਾਂਧੀ ਨੇ ਕਿਹਾ ਸੀ ਸੰਤ ਜਰਨੈਲ ਸਿੰਘ ਪਿੰਡਰਾ ਵਾਸਤੇ ਤੇ ਫਿਰ ਉਹ ਅਤਵਾਦੀ ਕਿਵੇਂ ਬਣ ਗਏ ਬੇ ਕਿਵੇਂ ਬਣ ਗਏ ਇਹ ਚੀਜ਼ਾਂ ਦੇਖਣ ਵਾਲੀਆਂ ਕਿ ਤੁਹਾਨੂੰ ਜਦੋਂ ਰਾਜਨੀਤਿਕ ਤੌਰ ਤੇ ਬੰਦਾ ਫਿੱਟ ਬੈਂਦਾ ਉਦੋਂ ਤੁਸੀਂ ਉਹਨਾਂ ਨੂੰ ਸੰਤਾਂ ਦਾ ਰੁਤਬਾ ਦੇ ਦਿੰਦੇ ਹੋ ਹੂੰ ਹੂੰ ਜਦੋਂ ਤੁਹਾਨੂੰ ਫਿੱਟ ਨਹੀਂ ਦਿੰਦਾ ਤੁਸੀਂ ਉਹਨੂੰ ਕਹਿੰਦੇ ਹੋ ਦੇਸ਼ ਵਿਰੋਧੀ ਹੈ ਅਤਵਾਦੀ ਹੈ ਇੱਕ ਮੁੱਖ ਮੰਤਰੀ ਦੇ ਤੌਰ ਦੇ ਤੇ ਅਮਰਿੰਦਰ ਸਿੰਘ ਨੇ ਜੋ ਕਿਹਾ ਉਹਨੂੰ ਕਹਿਣਾ ਚਾਹੀਦਾ ਸੀ ਜੀ ਉਹਨੂੰ ਆਪਣੇ ਸੂਬੇ ਦੇ ਬਾਰੇ ਉਹਨੂੰ ਪਤਾ ਹੁੰਨੇ ਕਹਿਣਾ ਚਾਹੀਦਾ ਸੀ ਕਿ ਹਾਂ ਇਦਾਂ ਗੜਬੜ ਹੋ ਸਕਦੀ ਹੈ ਉਹ ਬੜਾ ਕੁਝ ਕਹੀ ਜਾਂਦੇ ਇਹਦੇ ਨਾਲ ਤਾਂ ਹੁਣ ਆਪਣੇ ਤੁਹਾਡੇ ਕੇਜਰੀਵਾਲ ਸਾਹਿਬ ਨੂੰ ਵੀ ਪੜ ਲਓ ਹੂੰ ਹੂੰ ਅੱਜ ਉਹ ਵੀ ਮੇਰਾ ਖਿਆਲ ਹੈ ਕਹਿੰਦੇ ਜੀ ਮੈਨੂੰ ਵੀ ਬੜਾ ਦਰਦ ਹੋ ਰਿਹਾ ਹੈ ਪਰ 23 ਤਾਰੀਖ ਨੂੰ ਜੀ ਜਦੋਂ ਕਿਸਾਨ ਦਿੱਲੀ ਨੂੰ ਜਾਂਦੀ ਆ 23 ਨਵੰਬਰ ਨੂੰ ਦਿੱਲੀ ਨੂੰ ਜਾਂਦੀਆਂ ਕਿਸਾਨ ਤਿਆਰੀਆਂ ਕਰ ਰਹੇ ਸੀ 26 ਨੂੰ ਜਾਣਾ ਸੀ ਤਿੰਨਾਂ ਦੇ ਵਿੱਚ ਇੱਕ ਜਿਹੜਾ ਹੈਗਾ ਕਾਨੂੰਨ ਉਹ ਤਾਂ ਨੋਟੀਫਾਈ ਦਿੱਲੀ ਸਰਕਾਰ ਨੇ ਕਰ ਦਿੱਤਾ ਸੀ ਦਿੱਲੀ 'ਚ ਵੀ ਹੋਇਆ ਤੇ ਉਹ ਜਿਹੜਾ ਪੰਜਾਬ ਦੀ ਵਿਧਾਨ ਸਭਾ ਨੂੰ ਕਹਿੰਦੇ ਅਧੂਰੇ ਉਹਨੇ ਜਿਹੜੇ ਮਤੇ ਪਾਸ ਕੀਤੇ ਪੂਰੇ ਕਿਉਂ ਨਹੀਂ ਕੀਤੇ ਤੁਸੀਂ ਆਪ ਕਰ ਸਕਦੇ ਹੋ ਸੋ ਬੜਾ ਕੁਝ ਕਹਿੰਦਾ ਰਾਜਨੀਤੀ ਦੇ ਵਿੱਚ ਕੋਈ ਹੋ ਵੀ ਜਾਵੇ ਨਾ ਹੋ ਜਾਵੇ ਅਸੀਂ ਕਿਸੇ ਦੀ ਬਕਾਇਤ ਨਹੀਂ ਕਰਦੇ ਲੇਕਿਨ ਸਥਿਤੀ ਬੜੀ ਹਦਨਾਜ਼ ਹੈ ਇਹ ਅਸੀਂ ਵੀ ਕਹਿੰਦੇ ਆ ਕਿ ਜੇ ਇਹਨੂੰ ਇੱਕ ਮਤਲਬ ਤੁਸੀਂ ਐਕਸਪੈਰੀਮੈਂਟ ਦੇ ਤੌਰ ਦੇ ਉੱਤੇ ਦੇਖੀਗੇ ਬਾਕੀ ਦੇਸ਼ ਨੂੰ ਤੇ ਪੰਜਾਬ ਨੂੰ ਅੱਲਾ ਕੇ ਸਮਝਣਾ ਪਊਗਾ ਬਿਲਕੁਲ ਬਿਲਕੁਲ ਕਿਉਂਕਿ ਪੰਜਾਬ ਅੱਜ ਦੀ ਗੱਲ ਨਹੀਂ ਪੰਜਾਬ ਦਾ ਤੁਸੀਂ ਕੈਰੈਕਟਰ ਕੱਢ ਕੇ ਦੇਖ ਲਓ ਹੂੰ ਹੂੰ ਪੰਜਾਬ ਦੇ ਅਫਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਦਾ ਤੁਸੀਂ ਹਿਸਟਰੀ ਕੱਢ ਕੇ ਦੇਖ ਲਓ ਸੁਬ੍ਰਮਣੀਅਮ ਸਵਾਮੀ ਤਾਂ ਕਲਤ ਨਹੀਂ ਹੋ ਸਕਦਾ ਨਾ ਸੁਬ੍ਰਮਣੀਅਮ ਸਵਾਮੀ ਤਾਂ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ ਉਹ ਕਹਿੰਦਾ ਕਿ ਮੈਂ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਅਗ ਨਾਲ ਨਾ ਖੇਡੋ ਨਾ ਖੇਡੋ ਅਰ ਬਾਅਦ ਵਿੱਚ ਇਹ ਵੀ ਸੁਬ੍ਰਹਮਣੀ ਸੁਆਮੀ ਕਹਿੰਦਾ ਕਿ ਇੰਦਰਾ ਗਾਂਧੀ ਨੇ ਫਿਰ ਉਸ ਦਿਨ ਕਿਹਾ ਵੀ ਮੈਨੂੰ ਪਤਾ ਲੱਗ ਗਿਆ ਕਿ ਲੋਕ ਮੈਨੂੰ ਛੱਡਣਗੇ ਨਹੀਂ ਹੂੰ ਹੂੰ ਤੇ ਸੁਬ੍ਰਹਮਣੀ ਸੁਆਮੀ ਦੀ ਇੰਟਰਵਿਊ 'ਤੇ ਇਹ ਮੇਰੇ ਨਾਲ ਵੀ ਗੱਲ ਹੋਈ ਹੈ ਮੈਂ ਵੀ ਉਹਦਾ ਜ਼ਿਕਰ ਕੀਤਾ ਸੀ ਜੀ ਸੋ ਇਸ ਕਰਕੇ ਮਤਲਬ ਜਿਹੜੀ ਹੈ ਸਥਿਤੀ ਬੇहद ਨਾਜ਼ੁਕ ਹੈ ਨੂੰ ਸੰਭਾਲਣਾ ਚਾਹੀਦਾ ਕਿਤੇ ਇਹ ਨਾ ਹੋਵੇ ਕਿ ਫਿਰ ਬੇਕਾਬੂ ਹੋ ਜਾਏ ਔਰ ਅਮਿਤ ਸ਼ਾਹ ਹੋਰੀ ਜੀ ਮੀਟਿੰਗਾਂ ਕਰ ਰਹੇ ਹੈ ਬਿਲਕੁਲ ਇਹਨੂੰ ਨਹੀਂ ਬਣਾਉਣਾ ਚਾਹੀਦਾ ਬੁਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਬੜੇ ਬੜੇ ਮੌਕੇ ਹੁੰਦੇ ਹੈ ਮਿਸਾਲ ਦੇ ਤੌਰ ਤੇ ਜੇ ਕਿਸਾਨ ਇਹ ਕਹਿੰਦੇ ਵੀ ਸਾਡੇ ਜੇ ਕਿਸਾਨਾਂ ਦੀ ਆਪਣੀ ਗੱਲ ਹੈਗੀ ਮੈਂ ਦਾਨੀਅਲ ਗਿਆ ਸਾਹਿਬ ਕਿਸਾਨਾਂ ਦੇ ਕਈ ਆਗੂਆਂ ਦੀ ਇਹ ਦਲੀਲ ਹੈ ਜੀ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਜਦੋਂ ਉਹ ਧਰਮ ਯੁੱਧ ਮੋਰਚੀ ਦਾ ਡਿਕਟੇਟਰ ਹੁੰਦਾ ਸੀ ਉਹਦੀ ਪੰਜਾਬ ਦੇ ਵਿੱਚ ਕਿੰਨੀ ਇੱਜ਼ਤ ਤੇ ਸਤਿਕਾਰ ਸੀ ਬਹੁਤ ਜ਼ਿਆਦਾ ਸੀ ਜਦੋਂ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਉਹਦੇ ਸਹਾਇਕ ਜਿਹੜੇ ਉਹਦੇ ਸੱਜਣ ਮਿੱਤਰ ਸੀ ਜਿਹੜੇ ਉਹਦੇ ਨਾਲ ਲੱਗੇ ਹੋਏ ਸੀ ਉਹਦੇ ਗਰੁੱਪ ਦੇ ਬੰਦੇ ਸੀ ਉਹਨਾਂ ਨੇ ਪੰਜਾਬ ਸਮਝੌਤੇ ਲਈ ਮਜਬੂਰ ਕੀਤਾ ਜੀ ਔਰ ਉਹਨੇ ਪੰਜਾਬ ਸਮਝੌਤੇ ਦੇ ਦਸ ਗੱਜ ਕੀਤੇ ਅਰਾਜੀਬ ਗਾਂਧੀ ਨਾਲ ਮੀਟਿੰਗ ਹੋਈ ਚਾਹ ਪਾਣੀ ਪੀਈ ਤੇ ਚਾਹ ਪਾਣੀ ਦੇ ਵਿੱਚ ਇੱਕ ਜਿਹੜੀ ਫੋਟੋ ਜਿਹੜੀ ਜਾਰੀ ਹੋਈ ਸੀ ਜਿਹੜੀ ਵਾਰਨਸ਼ਪ ਕੀਤੀ ਸੀ ਉਹ ਚਾਹ ਪਾਣੀ ਪੀਂਦੇ ਪੀਂਦੇ ਨੂੰ ਦੇ ਅੱਗੇ ਪਲੇਟ ਕਰਤੀ ਤੇ ਉਹਨੇ ਇੱਕ ਰਸਗੁਲਾ ਚੱਕ ਕੇ ਖਾ ਲਿਆ ਸੀ ਹੂੰ ਹੂੰ ਉਹ ਅਜੇ ਦਿੱਲੀ ਸੀ ਤੇ ਪੰਜਾਬ ਦੇ ਵਿੱਚ 12 گاਉਣ ਲੱਗੇ ਸੀ ਮਤਾ ਆਨੰਦਪੁਰ ਦਾ ਰਸਗੁਲਿਆਂ ਦੇ ਨਾਲ ਖਾ ਗਿਆ ਖਾ ਗਿਆ ਠੀਕ ਹੈ ਔਰ ਇੱਥੇ ਆਉਣ ਤੋਂ ਵਿਚਾਰੇ ਨੂੰ ਹਫਤੇ ਨਹੀਂ ਪਏ ਸੀ ਜਦੋਂ ਸੰਤ ਲੌਂਗੋਵਾਲ ਨੂੰ ਦਾ ਕਤਲ ਹੋ ਗਿਆ ਸੀ ਹੁਣ ਜਿੱਥੋਂ ਤੱਕ ਕਿਸਾਨਾਂ ਦੇ ਜਜ਼ਬਾਤ ਪਹੁੰਚ ਚੁੱਕੇ ਆ ਲੀਡਰਸ਼ਿਪ ਦੇ ਸਾਹਮਣੇ ਉਹ ਤਜ਼ਰਬਾ ਯਾਦ ਹੈ ਜੀ ਉਹਨਾਂ ਨੂੰ ਵੀ ਇਹ ਦਿਖਦਾ ਹੈ ਕਿ ਜੇ ਅਸੀਂ ਥੋੜਾ ਬਹੁਤ ਆ 20 ਮਤਲਬ ਜਿਹੜੇ ਢਿੱਲੇ ਪੈ ਗਏ ਤੇ ਸਾਡੇ ਨਾਲ 20 ਜਾਨੀ ਤੌਰ ਤੇ ਸਾਡਾ ਨੁਕਸਾਨ ਨਾ ਹੋਇਆ ਨਾ ਤਾਂ ਵੈਸੇ ਸਾਡਾ ਜਿਹੜਾ ਹੈਗਾ ਵਕਾਰ ਖਤਮ ਹੋ ਜਾਊਗਾ ਹੂੰ ਹੂੰ ਸਾਡਾ ਵਕਾਰ ਕਤਲ ਹੋ ਸਕਦਾ ਸਾਡੀ ਜਾਨ ਭਾਵੇਂ ਬਚ ਰਹੀ ਜੀ ਲੇਕਿਨ ਇਹ ਜਿਹੜਾ ਉਹਨਾਂ ਦਾ ਖਤਰਾ ਇਹ ਉਹ ਆਪਦੀ ਥਾਂ ਤੇ ਠੀਕ ਹੈ ਸਰਕਾਰ ਦਾ ਇਹ ਹੈ ਕਿ ਜੇ ਅਸੀਂ ਕਾਨੂੰਨ ਵਾਪਸ ਲੈ ਲੇ ਫਿਰ ਅਸੀਂ ਕੀ ਕਹਾਂਗੇ ਹੂੰ ਲੈ ਦੱਸ ਫਿਰ ਕੀ ਕਹਣਗੇ ਵੀ ਮੋਦੀ ਦਾ ਜੀ ਜਿਹੜਾ ਇਹ ਕਹਿੰਦੇ ਸੀ ਕਿ ਮੋਦੀ ਹੈ ਤੋ ਮੁਮਕਨ ਨਾ ਤੇਰੇ ਨਾਮ ਉਪਰ ਹੋ ਜੂ ਉਹਦਾ ਇੱਕ ਹੱਲ ਹੈਗਾ ਉਹਦਾ ਇੱਕੋ ਹੱਲ ਹੈ ਕਿ ਉਹ ਕਹਦੇ ਨੇ ਜੀ ਅਸੀਂ ਗੱਲਬਾਤ ਕਰਦੇ ਆਂ ਓਨੀ ਦੇਰ ਤੱਕ ਜਿਹੜੇ ਜਿਹੜੇ ਇਹ ਹੈਗੇ ਆ ਇਹ ਲਾਗੂ ਨਹੀਂ ਹੋਣਗੇ ਸਸਪੈਂਡ ਕਰਦੇ ਉਹਨਾਂ ਨੂੰ ਹੂੰ ਹੂੰ ਵਾਰਤਾਲਾਪ ਕਰਦੇ ਮਾਮਲਾ ਸੁਪਰੀਮ ਕੋਰਟ ਨੂੰ ਭੇਜਦੇ ਨੇ ਹੂੰ ਹੂੰ ਬਹੁਤ ਤਰੀਕੇਕਾਰ ਹੁੰਦਾ ਹੈ ਜੇ ਜੇ ਅਜੁੱਧਿਆ ਬੜਾ ਜਿਹੜਾ ਤੁਹਾਡਾ ਮੰਦਿਰ ਤੇ ਮਸਜਿਦ ਦਾ ਵਿਵਾਦ ਹੈ ਜੀ ਜੀ ਉਹ ਸੁਪਰੀਮ ਕੋਰਟ ਦੇ ਰਾਹੀਂ ਹੱਲ ਕਰਵਾ ਲਿਆ ਤੇ ਵੀ ਕਿਹਦਾ ਹਦ ਅਦਾਲਤ ਦਾ ਹੁਕਮ ਹੈ ਇੱਕ ਨੇ ਕਿਹਾ ਇੱਕ ਹੋਰ ਸੁਪਰੀਮ ਕੋਰਟ ਦੇ ਕਿਸੇ ਹੋਰ ਜੱਜ ਨੂੰ ਬਣਾ ਦੇਣਾ ਰਾਜ ਸਭਾ ਮੈਂਬਰ ਬਿਲਕੁਲ ਹਾਂਜੀ ਉਹ ਤੋਂ ਕਹਾ ਦੇਣ ਵੀ ਚੰਗਾ ਭਾਈ ਠੀਕ ਹੈ ਜੀ ਇਹ ਹੈਗੇ ਇੱਕ ਕਾਨੂੰਨ ਗੈਰ ਕਾਨੂੰਨੀ ਹੈ ਇਹ ਠੀਕ ਨਹੀਂ ਇਹ ਕੀਤਾ ਜਾ ਸਕਦਾ ਬਤਿਹਰੇ ਹਾਂ ਉਧਰੇ ਦੱਸੋ ਕੀ ਹੁਣ ਗੱਲ ਆਪਾਂ ਸਿਆਸਤ ਦੀ ਕਰਕੇ ਡੇ ਸੀ ਕਿਸਾਨਾਂ ਨੂੰ ਪਿੱਛੇ ਕਿਉਂ ਕਰਨ ਦੀ ਬੀਜੇਪੀ ਦੀ ਚਾਲ ਹੈ ਕੀ ਕਹਿੰਦੇ ਜੀ ਚਲੋ ਕਿਸਾਨਾਂ ਨੂੰ ਪਿੱਛੇ ਕਰੋ ਭਾਵੇਂ ਸਾਡਾ ਦੁਸ਼ਮਣ ਰਾਜਨੀਤਿਕ ਬੰਦਾ ਹੈ ਬਾਦਲ ਸਾਹਿਬ ਕੈਪਟਨ ਜੇ ਆਪਣੇ ਚਟਾਲੇ ਸੁਰਜੀਤ ਜਿਆਣੀ ਕਹਿੰਦਾ ਜੀ ਤੁਸੀਂ ਅੱਗੇ ਆਓ ਹੁਣ ਇਹ ਕੀ ਕਹਾਣੀ ਹੈ ਸੁਰਜੀਤ ਜਿਆਣੀ ਜਿਹੜਾ ਹੈਗਾ ਜੀ ਮੈਂ ਸਮਝਦਾ ਵੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚੋਂ ਹੂੰ ਉਹ ਸਭ ਤੋਂ ਸਮਝਦਾਰ ਬੰਦਾ ਹੈ ਜੀ ਇਹ ਮੇਰੀ ਸਮਝ ਹੈ ਹੂੰ ਕਿਉਂਕਿ ਘੱਟੋ ਘੱਟ ਉਹ ਤਰਲੇ ਤਾਂ ਪਾਉਂਦਾ ਨਾ ਹਾਂ ਹਾਂ ਉਹ ਬੰਤੀਆ ਕਰਦਾ ਕਿ ਪੰਜਾਬ ਦਾ ਯਾਰ ਕਿਸਾਨੀ ਨਾਲ ਤਾਂ ਕਾ ਕਿਉਂਕਿ ਬੀਜਪੀ ਦਾ ਉਹ ਕਿਸਾਨ ਨੇ ਤਾਂ ਪੰਜਾਬ ਕਿਸਾਨੀ ਨਾਲ ਸੰਬੰਧ ਤਾਂ ਦੂਜੇ ਤਾਂ ਤੁਹਾਨੂੰ ਪਤਾ ਵੀ ਵਪਾਰੀ ਬੰਦੇ ਨਹੀਂ ਕੁਝ ਵੀ ਹੋਵੇ ਕੁਝ ਵੀ ਹੋਵੇ ਉਹ ਦਿੱਲੀ ਵਾਲਿਆਂ ਦੀ ਬੋਲੀ ਨਹੀਂ ਬੋਲਦਾ ਉਹ ਨਹੀਂ ਕਹਿੰਦਾ ਇਹ ਖਾਲਸਤਾਨੀ ਹੈ ਉਹ ਨਹੀਂ ਕਹਿੰਦਾ ਇਹ ਸ਼ਹਿਰੀ ਨਕਸਲੀ ਹੈ ਹੁਣ ਤੁਸੀਂ ਦੇਖੋ ਕਿ ਆਪਣੇ ਆਪਣੇ ਕੋ ਗਰੇਵਾਲ ਸਾਹਿਬ ਹੈ ਜੀ ਗਰੇਵਾਲ ਸਾਹਿਬ ਜਿਹੜੀ ਉਹ ਜੋ ਦਿੱਲੀ ਵਾਲੇ ਬੋਲੀ ਬੋਲਦੇ ਆ ਨਾਲ ਦੀ ਨਾਲ ਹੀ ਉਹ ਉਹਨਾਂ ਦੇ ਮੂੰਹ ਚੋਂ ਸ਼ਬਦ ਡਿੱਗਣ ਨਹੀਂ ਦਿੰਦਾ ਹੂੰ ਉਹੀ ਚੱਕ ਲੈਂਦਾ ਜੀ ਇਹ ਸ਼ਹਿਰੀ ਨਕਸਲੀ ਹੈ ਜੀ ਇਹ ਫਲਾਣੇ ਨਕਸਲੀ ਹੈ ਨਕਸਲੀਆਂ ਦਾ ਉਹਨੂੰ ਪਤਾ ਨਹੀਂ ਮੇਰਾ ਖਿਆਲ ਹੈ ਵੀ ਆਪ ਵੀ ਕਿਸ ਨਾ ਕਿਸੇ ਰੂਪ ਦੇ ਵਿੱਚ ਉਹ ਰਿਹਾ ਵੈ ਇਹਨਾਂ ਦੇ ਨਾਲ ਜੀ ਜੀ ਜਿੰਨਾ ਕਿ ਮੈਨੂੰ ਪਤਾ ਲੱਗਾ ਇਹ ਬੈਸੇਜ ਦੀ ਜਨਮ ਪੱਤਰੀ ਕੱਢਣੀ ਪੈਣੀ ਹੈ ਆਪਾਂ ਨੂੰ ਪਰ ਮੈਨੂੰ ਲੱਗਦਾ ਭਾਰਤੀ ਜਨਤਾ ਚ ਪਾਰਟੀ ਚੋਂ ਮਗਰੋਂ ਆਇਆ ਜਨਸੰਘ ਦੇ ਵਿੱਚ ਮਗਰੋਂ ਆਇਆ ਪਹਿਲਾਂ ਇਧਰਲੇ ਪਾਸੇ ਹੀ ਹੁੰਦੇ ਇਹ ਹੋਊਗਾ ਕਿਤੇ ਨਾ ਕਿਤੇ ਤਾਂ ਲੈਣੇ ਉਹਦੀ ਗੱਲ ਕਰਦੇ ਇਸ ਕੱਢ ਕੱਢਦੇ ਆ ਉਹਦੀ ਉਹ ਹੁਣ ਵਾਰੀ ਵਾਰੀ ਇਹ ਗੱਲ ਕਰਦਾ ਕਿ ਸਾਰੇ ਗੱਲ ਕਹੀ ਜਾਂਦੇ ਲੇਕਿਨ ਜਿਆਣੀ ਨੇ ਕਦੇ ਨਹੀਂ ਕਿਹਾ ਉਹ ਖਾਲਸਤਾਨੀ ਜੀ ਜਿਆਣੀ ਨੇ ਕਦੇ ਨਹੀਂ ਕਿਹਾ ਉਹ ਸ਼ਰੀ ਨਕਸਲੀ ਹੈ ਜਿਆਣੀ ਨੇ ਜਿਆਣੀ ਕਹਿੰਦਾ ਜੀ ਮਾਮਲਾ ਨਿਪਟਾਓ ਜਿਵੇਂ ਮਰ ਉਹ ਨਾਲ ਕਦੇ-ਕਦੇ ਆਪਦੀ ਪਾਰਟੀ ਨੂੰ ਵੀ ਕਹਿੰਦੇ ਆ ਯਾਰ ਤੁਸੀਂ ਕੁਝ ਕਰੋ ਇਹਨੂੰ ਨਿਪਟਾਓ ਉਹਨੂੰ ਫੁਲਾਣਾ ਕਰੋ ਹੁਣ ਵੀ ਉਹਨੇ ਤਰਲਾ ਹੀ ਪਾਇ ਜੀ ਇੱਕ ਟੀਵੀ ਚੈਨਲ ਦੇ ਨਾਲ ਜਦੋਂ ਮੀਟਿੰਗ ਕਰ ਰਿਹਾ ਸੀਗਾ ਇੰਟਰਵਿਊ ਦੀ ਹੋ ਰਹੀ ਸੀ ਉਹਦਾ ਵੀ ਜਿਹੜੇ ਤਰਲਾ ਹੀ ਕੀਤਾ ਸੀ ਕਿ ਮੈਂ ਬੇਨਤੀ ਕਰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਹਿੰਦਾ ਵੀ ਬਹੁਤ ਵੱਡਾ ਲੀਡਰ ਹੈ ਪ੍ਰਕਾਸ਼ ਸਿੰਘ ਬਾਦਲ ਹੂੰ ਹੂੰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੈ ਜ਼ਿੰਮੇਵਾਰੀ ਉਹਦੀ ਵੀ ਬਣਦੀ ਹੈ ਹੂੰ ਹੂੰ ਓਮ ਪ੍ਰਕਾਸ਼ ਚਟਾਲਾ ਜੀ ਲੀਡਰ ਉਹ ਵੀ ਵੱਡਾ ਹੈ ਕਹਿੰਦਾ ਯਾਰ ਜੇ ਤਿੰਨੇ ਬੰਦੇ ਤੁਰ ਪੈਣ ਹਮਮ ਕਿ ਬਾਦਲ ਸਾਹਿਬ ਜਾ ਕੇ ਮੋਦੀ ਨੂੰ ਕਹਿੰਦੇ ਮੋਦੀ ਸਾਹਿਬ ਪੰਜਾਬ ਤੇ ਰਹਿਮ ਕਰੋ ਮੋਦੀ ਕਹਿੰਦਾ ਪਹਿਰੀ ਹਥਲਾਉਂਦਾ ਬਾਦਲ ਦੇ ਹਮ ਇਹ ਜੀ ਕਹਿੰਦਾ ਜਾ ਕੇ ਕਹਿਣ ਤੇ ਗੱਲ ਮੁੱਕ ਸਕਦੀ ਹੈ ਨਾਲ ਉਹ ਕਹਿੰਦਾ ਵੀ ਕਹਿੰਦਾ ਇਹੀ ਲੀਡਰ ਹਮ ਕਿਸਾਨਾਂ ਕੋਲੇ ਜਾਵਣ ਖਰ ਕਿਸਾਨਾਂ ਕੋਲੇ ਜਾਣ ਜੋ ਕਰਦਾ ਰਹੇ ਨਹੀਂ ਕਿਉਂਕਿ ਕਿਸਾਨਾਂ ਨੇ ਤਾਂ ਕਿਹਾ ਵੀ ਸاسي ਬੰਦਾ ਸਾਡੇ ਤਾਂ ਨੇੜੇ ਨਾ ਆਵੇ ਸਾਨੂੰ ਗਰਾਂਡ ਲੱਗ ਜੂ ਹਮ ਜੇ ਸਿਆਸਤ ਦਾ ਗਰਾਂਡ ਸਾਡੇ ਮੁਰਤੇ ਨੂੰ ਲੱਗ ਜਾਂਦਾ ਗਿਆ ਹਮ ਲੇਕਿਨ ਤਿੰਨੇ ਲੀਡਰ ਜਿ ਆਪਾਂ ਇਹ ਗੱਲ ਕਹੀਏ ਜਿਵੇਂ ਜੈਨੀ ਕਹਿੰਦਾ ਹੈ ਜੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਇਤਰਾਜ਼ ਹੋਊਗਾ ਜੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਮੰਨਣ ਦੇ ਵਿੱਚ ਹੂੰ ਹੂੰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਦੇ ਵਿੱਚ ਰਿਹਾ ਵੀ ਹੈ ਜੀ ਜੀ ਔਰ ਉਮਰ ਦੇ ਲਿਹਾਜ਼ ਨਾਲ ਵੀ ਬਾਦਲ ਸਾਹਿਬ ਦੀ ਉਮਰ ਹੁਣ 95 96 ਸਾਲ ਹੋ ਗਈ ਹੈ ਉਹ ਪੰਜ ਵਾਰੀ ਮੁੱਖ ਮੰਤਰੀ ਇਹ ਜੇ ਕੈਪਟਨ ਵੀ ਨਾਲ ਜਾਂਦਾ ਰਹੇ ਚੁਟਾਲਾ ਵੀ ਨਾਲ ਜਾਂਦਾ ਰਹੇ ਚੁਟਾਲਾ ਤੇ ਕੈਪਟਨ ਤਾਂ ਇਹਨਾਂ ਦੇ ਆਪਣੇ ਚੁਟਾਲਾ ਤੇ ਬਾਦਲ ਤਾਂ ਐਨਡੀਏ ਦੇ ਇਸਤੇਦਾਰ ਨੇ ਹੂੰ ਹੂੰ ਬਾਦਲ ਹੁਣੀ ਤਾਂ ਐਨਡੀਏ ਬਣਾਉਣ ਵਾਲਿਆਂ ਚੋਂ ਇੱਕ ਹੈ ਜੀ ਜੀ ਔਰ ਜੇ ਉਹ ਜਾ ਕੇ ਕਹਿੰਦਾ ਗੱਲ ਕਿਸੇ ਨਾ ਕਿਸੇ ਹੱਦ ਤੱਕ ਹੋ ਸਕਦੀ ਹੈ ਇਹ ਵਿਚੋਲਗੀਰੀ ਕਰ ਸਕਦੇ ਕੋਈ ਖਾਸ ਗੱਲ ਨਹੀਂ ਹੈ ਉੱਥੇ ਮੈਨੂੰ ਤੁਸੀਂ ਜਿਆਣੀ ਨੂੰ ਮੈਨੂੰ ਜਿਆਣੀ ਤੇ ਤਰਸ ਵੀ ਆਉਂਦਾ ਤੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਿਆਣੀ ਦੇ ਘਰ ਦੇ ਮੂਰੇ ਕਾਂਗਰਸ ਪਾਰਟੀ ਵਾਲਿਆਂ ਨੇ ਜਾ ਕੇ ਇੱਕ ਧਰਨਾ ਮਾਰਿਆ ਧਰਨਾ ਮਾਰਤਾ ਸੀ ਹਾਂਜੀ ਆਪਣੇ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ ਤੇ ਉਹ ਜਿਆਣੀ ਸਾਹਿਬ ਦੀ ਜਿਹੜੀ ਹੈ ਪਤਨੀ ਜੀਵਨ ਸਾਥੀ ਉਹ ਬਾਹਰ ਆਈ ਹੋਆ ਕਾਕੇ ਕਹਿੰਦੀ ਕਾਕਾ ਇੱਥੇ ਕੋਈ ਬੈਠੇ ਅੰਦਰ ਆਜੋ ਚਾਹ ਪਾਣੀ ਪੀਓ ਲੰਗਰ ਪਾਣੀ ਤਿਆਰ ਕਰਦੇ ਤੁਸੀਂ ਰੋਟੀ ਖਾ ਲਓ ਜੀ ਤੇ ਉਹ ਜਿਵੇਂ ਕਹਿੰਦੀ ਸਿਆਸਤਦਾਨ ਕਰਦੇ ਹੁੰਦੇ ਆ ਜੀ ਅਸੀਂ ਤਾਂ ਧਰਨਾ ਮਾਰਨੇ ਆ ਜੀ ਜੈਣੀ ਸਾਨੂੰ ਉਲੰਭਾ ਦੇਣਾ ਹੀ ਉਹ ਕਹਿੰਦੀ ਜੀ ਗੱਲ ਜੈਣੀ ਸਾਹਿਬ ਦਾ ਮੂੰਹ ਤਾਂ ਦੇਖੋ ਵੀ ਦੀ ਹਾਲਤ ਕੀ ਹੋਈ ਪਈ ਕਾਲਾ ਹੋਇਆ ਪਿਆ ਉਹਦਾ ਮੂੰਹ ਕਹਿੰਦੀ ਬੁਰਾ ਹਾਲ ਹੋਇਆ ਪਿਆ ਹੂੰ ਹੂੰ ਉਦੋਂ ਨੂੰ 12 ਦਿਨ ਹੋਏ ਸੀ ਕਹਿੰਦੀ 12 ਦਿਨ ਹੋ ਗਏ ਤਾਂ ਘਰੇ ਨਹੀਂ ਆਇਆ ਘਰੇ ਨਹੀਂ ਆਇਆ ਘਰੇ ਇੱਥੇ ਮੈਂ ਕੱਲੀ ਬੈਠੀ ਆ ਉਹ ਉੱਥੇ ਬੈਠਾ ਹੈ ਉਹ ਸਾਰਾ ਕੁਝ ਕਰੀਦਾ ਕਟੂ ਕਟੂ ਸਵੇਰ ਦਿੱਤਾ ਹੈ ਨਾ ਹੂੰ 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 ਆ ਜਿਹੜਾ ਬੰਦਾ ਜਿਸ ਪਾਰਟੀ 'ਚ ਹੁੰਦਾ ਮੈਂ ਕਹਿੰਦਾ ਉਹਨੂੰ ਆਪਣੀ ਪਾਰਟੀ ਦੇ ਨਾਲ ਵਫਾਦਾਰੀ ਰਹਿਣੀ ਚਾਹੀਦੀ ਹੈ ਜੀ ਜੀ ਪਰ ਨਾਲ ਜਿਸ ਧਰਤੀ ਦੇ ਵਿੱਚੋਂ ਬੰਦਾ ਪੈਦਾ ਬਾਰ ਖਾਂਦਾ ਹੈ ਜਿਸ ਧਰਤੀ ਦੀ ਰੋਟੀ ਖਾਂਦਾ ਹੈ ਜਿਸ ਧਰਤੀ ਦਾ ਪਾਣੀ ਪੀਂਦਾ ਉਹਦਾ ਵੀ ਉਹਨੂੰ ਤਬਿਆਦਾਰ ਹੋਣਾ ਚਾਹੀਦਾ ਜੀ ਅਰ ਜੈਨੀ ਦੀ ਜਿਹੜੀ ਹੈ ਕਿਸੇ ਹੱਦ ਤੱਕ ਬਾਕੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਨਾਲ ਉਹਦੀ ਤਾਰੀਫ ਕਰਨੀ ਬਣਦੀ ਹੈ ਉਹ ਬੰਦਿਆਂ ਦਾ ਜਿਹੜਾ ਰਵਈਆ ਉਹ ਪੋਜ਼ਿਟਿਵ ਹੈ ਉਹ ਮਾਮਲੇ ਨੂੰ ਲੁਪਟਾਉਣ ਦੇ ਹੱਕ ਹੱਕ ਚ ਹੈ ਚਲੋ ਚੰਗੀ ਗੱਲ ਹੈ ਕੋਈ ਨਾ ਕੋਈ ਬੰਦਾ ਸਮਝਾਵੇ ਮੈਂ ਤੁਹਾਨੂੰ ਦੱਸਦਾ ਜੀ ਐਤਵਾਰ ਨੂੰ ਮੇਰੇ ਕੋਲੇ ਦੋ ਬੀਜੇਪੀ ਦੇ ਲੀਡਰ ਆ ਗਏ ਜੀ ਉਹ ਵੀ ਇਸੇ ਚੀਜ਼ ਦੇ ਵਿੱਚ ਕਹਿੰਦੇ ਜੀ ਘੱਟੂ ਘੱਟ ਸਾਡੀ ਲੀਡਰਸ਼ਿਪ ਕਹਿੰਦੇ ਭਾਵੇਂ ਉਹਨਾਂ ਦਾ ਕਹਿੰਦੇ ਵੀ ਕਹਿੰਦੇ ਜਿਹੜੇ ਬਾਸ ਸੁਣਦੇ ਨਹੀਂ ਹੁੰਦੇ ਸੀ ਗੱਲ ਹੂੰ ਹੂੰ ਕਹਿੰਦੇ ਸਾਡੀ ਗੱਲ ਵੀ ਸੁਣ ਲੱਗ ਪਈ ਹੁਣ ਕਹਿੰਦੇ ਜਦੋਂ ਮੈਸੇਜ ਕਰਦੇ ਤਾਂ ਉਹਦਾ ਜਵਾਬ ਆਉਂਦਾ ਤੇ ਸਾਡੀ ਵੀ ਕਹਿੰਦੇ ਇਹੀ ਕੋਸ਼ਿਸ਼ ਆ ਮੈਨੂੰ ਕਹਿੰਦੇ ਹੱਲ ਕੀ ਆ ਮੈਂ ਕਹਾਂ ਜੀ ਦੇਖੋ ਮੈਂ ਇੱਕ ਚੀਜ਼ ਕਹਾਂ ਕਿ ਬਾਤਾਂ ਦਾ ਮੈਨੂੰ ਪਤਾ ਨਹੀਂ ਭਰੋਸੇਯੋਗਤਾ ਜਿਹੜੀ ਤੁਸੀਂ ਗਵਾਈ ਹੈ ਨਾ ਉਹ ਕਾਇਮ ਕਰੋ ਪਹਿਲਾਂ ਬਿਲਕੁਲ ਕਿਉਂਕਿ ਬੀਜੇਪੀ ਭਰੋਸੇਯੋਗਤਾ ਗਵਾ ਚੁੱਕੀ ਹੈ ਸਭ ਤੋਂ ਪਹਿਲਾਂ ਬੀਜੇਪੀ ਭਰੋਸੇਯੋਗਤਾ ਇਸ ਕਰਕੇ ਗਵਾ ਚੁੱਕੀ ਹੈ ਤੁਸੀਂ ਯਾਦ ਰੱਖਿਆ ਹੋਣਾ ਮੈਨੂੰ ਸੁਖਦੇਵ ਸਿੰਘ ਕੋਕਰੀ ਦਾ ਮੈਂ ਧੰਨਵਾਦ ਕਰਦਾ ਹਮ ਸੁਖਦੇਵ ਸਿੰਘ ਕੋਕਰੀ ਕੱਲਾਂ ਜਿਹੜਾ ਹੈਗਾ ਇਹ ਪਿਛਲੇ ਦਿਨਾਂ ਦੇ ਵਿੱਚ ਹੀ ਤਾਂ ਹੋ ਰਿਆ ਨੇ ਨੂੰ ਜਾਂਦੇ ਸੀਗੇ ਰਾਤ ਦੇ ਵਿੱਚ ਉਹਨਾਂ ਦੇ ਸੱਟ ਲੱਗੀ ਸੀ ਜੀ ਬਾਹ ਉਹਨਾਂ ਦੀ ਟੁੱਟ ਗਈ ਸੀ ਤੇ ਉਹ ਵਿਚਾਰੇ ਨੇ ਮਤਲਬ ਬੈੱਡ 'ਚੋਂ ਪਿਆ ਨੇ ਇੱਕ ਬੜੀ ਕੋਸ਼ਿਸ਼ ਦੇ ਨਾਲ ਕੱਢ ਕੇ ਪਾਈ ਇੱਕ ਪੋਸਟ ਹਮ ਕਹਿੰਦੇ ਮੈਂ ਬੜਾ ਬੜਾ ਪੁਰਾਣੀ ਉਸ ਵੇਲੇ ਦੀ ਗੱਲ ਹੈ ਜਦੋਂ ਆਪਣਾ ਪ੍ਰਧਾਨ ਮੰਤਰੀ ਨਹੀਂ ਸੀ ਬਡੇ ਮੋਦੀ ਸਾਹਿਬ ਮੋਦੀ ਸਾਹਿਬ ਇਹ ਗੱਲ ਕਹਿ ਰਹੇ ਸੀ ਜਿੱਦਾਂ ਭਾਜਪਾ ਦੀ ਸਰਕਾਰ ਬਣ ਗਈ ਜੀ ਜਿਹੜਾ ਸਭ ਤੋਂ ਪਹਿਲਾ ਹੁਕਮ ਹੋਊਗਾ ਉਹ ਕਿਸਾਨਾਂ ਦੀ ਕਰਜ਼ਾ ਮਾਫੀ ਹੋਊ ਕਰਜ਼ਾ ਮਾਫੀ ਹੋਊ ਉਹ ਮੇਰੇ ਕੋਲ ਪਈ ਹੈ ਮੈਂ ਤੁਹਾਨੂੰ ਦਿਖਾ ਸਕਦਾ ਉਹਨਾਂ ਦੀ ਉਹ ਵੀਡੀਓ ਦੂਜਾ ਇਹ ਕਹ ਸੀ ਨਰਿੰਦਰ ਮੋਦੀ ਸਾਹਿਬ ਨੇ ਕਿ ਅਸੀਂ ਜਿਹੜਾ ਹੈਗਾ 15-15 ਲੱਖ ਰੁਪਏ ਕਾਲਾ ਧਨ ਬਰਾਮਦ ਕਰਕੇ ਸਾਰੇ ਖਾਤੇਦਾਰਾਂ ਚ ਵੰਡ ਜੂਗਾ ਉਹ ਨਹੀਂ ਸੀ ਹੂੰ ਹੂੰ ਤੇ ਜਦੋਂ ਉਹਦੇ ਬਾਰੇ ਮੀਡੀਆ ਵਾਲਿਆਂ ਨੇ ਪੁੱਛ ਲਿਆ ਤੇ ਇਹ ਕਹਿ ਦਿੰਦਾ ਜੀ ਇਹ ਤਾਂ ਜੁਮਲੇਬਾਜੀ ਸੀ ਜੀ ਤੇ ਫਿਰ ਭਰੋਸੇਯੋਗਤਾ ਕਿੱਥੇ ਰਹਿ ਜੂਗੀ ਹੂੰ 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 ਕਿਉਂਕਿ ਹਰ ਚੀਜ਼ ਨੂੰ ਉਹਨੂੰ ਲੋਕ ਵੀ ਬਹੁਤ ਸਿਆਣੇ ਉਹ ਸਮਝਣ ਲੱਗੇ ਵੀ ਤਾਂ ਜੁਮਲੇ ਜੀ ਜੀ ਸੋ ਭਰੋਸੇਯੋਗਤਾ ਬਣਾਉਣ ਵਾਸਤੇ ਬੜਾ ਮਤਲਬ ਜਿਹੜਾ ਹੈਗਾ ਤੁਹਾਨੂੰ ਆਪਣਾ ਇੱਕ ਇਮੇਜ ਜਿਹੜਾ ਹੈਗਾ ਬੇਦਾਗ ਇਮੇਜ ਬੇਦਾਗ ਔਰ ਇੱਕ ਕ੍ਰੈਡੀਬਲ ਵੀ ਇੱਕ ਕ੍ਰੈਡੀਬਲ ਹੈ ਜੀ ਇਹਨੇ ਜਿਹੜੀ ਗੱਲ ਕਹੀ ਤੋ ਇਹਦੀ ਤੋ ਇਸ ਕਰਕੇ ਹੋਇਆ ਹੈ ਜੇ ਮਸਲਨ ਹੁਣ ਤੁਸੀਂ ਦੇਖੋਗੇ ਬਹੁਤ ਸਾਰੇ ਸਾਡੇ ਵਰਗੇ ਰੇਡੀਓ ਪਤਾ ਨਹੀਂ ਕਿੰਨੇ ਕਈ ਬਹੁਤ ਔਰੇ ਫਿਰ ਦੁਨੀਆ ਦੇ ਵਿੱਚ ਬਹੁਤ ਸਾਰੇ ਹੈਗੇ ਸਾਰਾ ਕੁਝ ਹੈਗਾ ਲੇਕਿਨ ਅਸੀਂ ਹਵਾ ਦੇ ਬਹਾਦਰ ਨਾਲ ਨਹੀਂ ਮੰਦੇ ਜੋ ਸਹੀ ਨਾਲ ਸਭ ਇਹ ਜਗਾ ਵੀ ਆਹ ਗੱਲ ਹੈਗੀ ਜਿਵੇਂ ਬਰਾਸੇ ਨੂੰ ਵੇਲ ਕਰਾਉਣੀ ਆ ਤਾਂ ਉਹਦੀ ਬੱਲੇ ਬੱਲੇ ਕਰਾਈ ਚੱਲੋ ਹਾਂ ਚਲੋ ਉਹ ਅਗਲੇ ਜੇ ਸਾਡੀ ਕ੍ਰੈਡੀਬਿਲਟੀ ਬਣੀ ਹੈ ਤਾਂ ਇਸੇ ਕਰਕੇ ਲੋਕ ਸਾਨੂੰ ਮਤਲ ਜਿਹੜਾ ਹੈਗਾ ਸੁਣਦੇ ਨਹੀਂ ਸੁਣਦੇ ਨਹੀਂ ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਭ ਤੁਹਾਡਾ ਸ਼ੁਕਰਗੁਜ਼ਾਰ ਤੇ ਰੇਡੀਓ ਪੰਜਾਬ ਟੂਡੇ ਦਾ ਪ੍ਰੋਗਰਾਮ ਬਾਦਸਤੂਰ ਜਾਰੀ ਰਹੇਗਾ ਇਹ ਗੱਲਬਾਤ ਤੁਹਾਨੂੰ ਰੇਡੀਓ ਪੰਜਾਬ ਟੂਡੇ ਦੇ YouTube ਚੈਨਲ ਅਤੇ Facebook ਪੇਜ ਤੇ ਤੁਰੰਤ ਜਿਹੜਾ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਮਿਲੇਗੀ ਸੋ ਤੁਸੀਂ ਰੇਡੀਓ ਪੰਜਾਬ ਟੂਡੇ ਦਾ YouTube ਚੈਨਲ ਅਤੇ Facebook ਪੇਜ ਵੀ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ ਤੁਹਾਡਾ ਤੇ ਹੁਣ ਇੱਕ ਬ੍ਰੇਕ ਲੈਨੇ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹੋਵਾਂਗੇ